हेलो स्टूडेंट्स वेलकम हियर अगेन ऑन माय चैनल जानकारी इट मायसेल्फ हित अविलाशी शर्मा अकाउंटेंसी ਦਾ ਬੜਾ ਇੰਪੋਰਟੈਂਟ ਟਾਪਿਕ ਰੈਕਟੀਫਿਕੇਸ਼ਨ ਆਫ 에ਰਰਸ ਪਾਰਟ 2 ਵਿਦ ਪ੍ਰੈਕਟੀਕਲ ਪ੍ਰੋਬਲਮ ਅਸੀਂ ਗੱਲ ਕਰਾਂਗੇ ਅਸ ਦੀ ਇਸ ਵੀਡੀਓ ਦੇ ਵਿੱਚ ਅਕਾਊਂਟਿੰਗ 에ਰਰਸ ਦੇ ਰਿਗਾਰਡਿੰਗ ਰੈਕਟੀਫਿਕੇਸ਼ਨ ਕਰਾਂਗੇ ਅਸੀਂ ਵਿਦ ਸਸਪੈਂਸ ਐਂਡ ਵਿਦਆਊਟ ਸਸਪੈਂਸ ਅਕਾਊਂਟ ਇੱਕ ਹੀ ਵੀਡੀਓ ਦੇ ਵਿੱਚ ਅਸੀਂ ਫੋਰ ਡਿਫਰੈਂਟ ਟਾਈਪ ਦੀਆਂ ਜਿਹੜੀਆਂ ਪ੍ਰੈਕਟੀਕਲ ਪ੍ਰੋਬਲਮਸ ਗੱਲ ਕਰਾਂਗੇ ਵੀਡੀਓ ਨੰਬਰ A43 EP ਹੈ ਪੀ ਦਾ ਮਤਲਬ ਮੀਡੀਅਮ ਆਫ ਇਨਸਟਰਕਸ਼ਨ ਪੰਜਾਬੀ ਜਿਸ ਦੇ ਵਿੱਚ ਮੈਂ ਗੱਲ ਕਰ ਰਿਹਾ ਥੋੜੇ ਨਾਲ ਇੰਗਲਿਸ਼ ਦੀ ਟਰਮਨੋਲੋਜੀ ਨਾਲ ਯੂਜ਼ ਕਰਦੇ ਹੋਏ ਇਸ ਤੋਂ ਪਹਿਲਾਂ ਠੀਕ 42 ਨੰਬਰ ਵੀਡੀਓ ਹੈ ਹਿੰਦੀ ਤੇ ਪੰਜਾਬੀ ਦੇ ਵਿੱਚ ਐਜ਼ ਅ ਮੀਡੀਅਮ ਆਫ ਇਨਸਟਰਕਸ਼ਨ ਉਹਨਾਂ ਨੂੰ ਜ਼ਰੂਰ ਦੇਖੋ ਰੈਕਟੀਫਿਕੇਸ਼ਨ ਆਫ 에ਰਰ ਦਾ ਪਾਰਟ 1 ਆਓ ਅੱਗੇ ਵਧੀਏ ਅਲਰਟ ਮੈਂ ਹਮੇਸ਼ਾ ਦਿੰਦਾ ਹੁੰਦਾ ਕਿ ਵੀਡੀਓ ਨੂੰ ਕੰਪਲੀਟ ਦੇਖੋ ਫੁੱਲ ਸਕਰੀਨ ਕਰਕੇ ਦੇਖੋ ਆਪਣੇ ਡਿਵਾਈਸ ਦੀ ਈਅਰਫੋਨ ਯੂਜ਼ ਕਰੋ ਤਾਂ ਹੀ ਤੁਸੀਂ ਈਜ਼ੀਐਸਟ ਵੇ ਦੇ ਵਿੱਚ ਕੰਪਲੀਟ ਕੰਟੈਂਟ ਨੂੰ ਸਮਝ ਸਕੋਗੇ ਗੱਲ ਕਰਦੇ ਆ ਅਕਾਊਂਟਿੰਗ ਐਰਰਸ ਕੀ ਹੁੰਦੀਆਂ ਨੇ ਥੀਸ ਆਰ ਦਾ ਦੋਸ ਮਿਸਟੇਕਸ ਵਿਚ ਆਕਰ ਡਿਊ ਟੂ ਇਨਐਕਿਊਰੇਟ ਪ੍ਰੋਸੈਸਿੰਗ ਆਫ ਅਕਾਊਂਟਿੰਗ ਡਾਟਾ ਐਰਰਸ ਕੈਨ ਆਲਸੋ ਬੀ ਡਿਊ ਟੂ ਮਿਸ ਇੰਟਰਪ੍ਰੀਟੇਸ਼ਨ ਆਫ ਫੈਕਟਸ ਓਵਰ ਰਾਈਟਿੰਗ ਆਫ ਫੈਕਟਸ ਰੋਂਗ ਐਪਲੀਕੇਸ਼ਨ ਆਫ ਅਕਾਊਂਟਿੰਗ ਪ੍ਰਿੰਸੀਪਲਸ ਮਤਲਬ ਕਿ ਸਿੰਪਲ ਸ਼ਬਦਾਂ ਚ ਸਾਡੇ ਬੁੱਕਸ ਆਫ ਅਕਾਊਂਟਸ ਦੇ ਵਿੱਚ ਕਿਸੇ ਵੀ ਟਾਈਪ ਦੀਆਂ ਉਹ ਮਿਸਟੇਕਸ ਜਿਹੜੀਆਂ ਅਕਾਊਂਟਿੰਗ ਡਾਟਾ ਦੀ ਗਲਤ ਪ੍ਰੋਸੈਸਿੰਗ ਦੇ ਕਰਕੇ ਕਿਸੇ ਫੈਕਟ ਨੂੰ ਗਲਤ ਸਮਝ ਕਰਨ ਕਰਕੇ ਓਵਰਰਾਈਟਿੰਗ ਦੇ ਕਾਰਨ ਅਕਾਊਂਟਿੰਗ ਪ੍ਰਿੰਸੀਪਲਸ ਨੂੰ ਗਲਤ ਯੂਜ਼ ਕਰਨ ਦੇ ਲਈ ਸਾਨੂੰ ਬਹੁਤ ਸਾਰੀਆਂ ਗਲਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਸਾਰੀਆਂ ਗਲਤੀਆਂ ਨੂੰ ਅਸੀਂ ਅਕਾਊਂਟੈਂਸੀ ਦੀ ਲੈਂਗੁਏਜ ਅਕਾਊਂਟਿੰਗ 에ਰਰਸ ਕਹਿੰਦੇ ਆਂ ਅਕਾਊਂਟਿੰਗ 에ਰਰਸ ਦੀਆਂ ਟਾਈਪਸ ਕੀ ਨੇ ਸਟੂਡੈਂਟਸ 에ਰਰ ਆਫ ਓਮਿਸ਼ਨ ਐਂਡ 에ਰਰ ਆਫ ਕਮਿਸ਼ਨ ਦੋ ਟਾਈਪ ਦੇ ਵਿੱਚ ਕਲਾਸੀਫਾਈ ਕੀਤਾ ਹੋਇਆ ਪੁੱਲ ਦੀਆਂ ਗਲਤੀਆਂ ਕੰਪਲੀਟ 에ਰਰ ਐਂਡ ਪਾਰਸ਼ੁਅਲ 에ਰਰ ਪੂਰਨ ਤੇ ਅੰਸ਼ਿਕ ਗਲਤੀਆਂ ਇਸੇ ਤਰ੍ਹਾਂ 에ਰਰ ਆਫ ਕਮਿਸ਼ਨ ਨੇ 에ਰਰ ਉਹਦੇ ਵੀ ਚਾਰ ਟਾਈਪ ਨੇ 에ਰਰੋ ਪ੍ਰਿੰਸੀਪਲ ਕੰਪਨਸੇਟਿੰਗ 에ਰਰ 에ਰਰੋ ਪੋਸਟਿੰਗ ਐਂਡ 에ਰਰ ਆਫ ਕਾਸਟਿੰਗ ਇਹ ਸਾਰੀਆਂ ਗਲਤੀਆਂ ਕੀ ਨੇ ਇੱਕ ਇੱਕ ਗਲਤੀ ਦੇ ਬਾਰੇ ਡਿਟੇਲ ਦੇ ਵਿੱਚ ਮੈਂ نیچے ਵੀ ਲਿਖਿਆ 827 EH ਤੇ 27 EP ਵੀਡੀਓ ਦੇਖੋ ਉਥੇ ਟਾਈਪਸ ਆਫ 에ਰਰ ਨੂੰ ਬਹੁਤ ਡੀਟੇਲ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਉਹਦਾ ਲਿੰਕ ਮੈਂ نیچے ਦੇ ਦਿੰਦਾ ਇਸ ਤੋਂ ਇਲਾਵਾ ਰੈਕਟੀਫਿਕੇਸ਼ਨਲ ਸੰਬੰਧ ਜਿਹੜੀਆਂ ਵੀਡੀਓ 42 ਦੇ ਵਿੱਚ ਫਰਸਟ ਪਾਰਟ ਦੇ ਰੂਪ ਵਿੱਚ ਦਿਖਾਇਆ ਗਿਆ ਉਸਦਾ ਲਿੰਕ ਵੀ ਮੈਂ نیچے ਦੇਣ ਜਾ ਰਹੇ ਹਾਂ ਤੁਸੀਂ ਉਹਨਾਂ ਨੂੰ ਦੇਖੋਗੇ ਤਾਂ ਬੜਾ ਈਜ਼ੀਐਸਟ ਕਨਸੈਪਟ ਲੱਗੇਗਾ ਆਓ ਅੱਗੇ ਵਧੀਏ ਗਲਤੀਆਂ ਹੋ ਗਈਆਂ ਡਿਫਰੈਂਟ ਟਾਈਪ ਦੀਆਂ ਉਹਨਾਂ ਨੂੰ ਠੀਕ ਵੀ ਕਰਨਾ ਹੈ ਤਿੰਨ ਤਰ੍ਹਾਂ ਦੀਆਂ ਸਟੇਜਿਸ ਹੁੰਦੀਆਂ ਨੇ ਇਕ ਤਾਂ ਪਹਿਲੀ ਸਟੇਜ ਹੈ ਰੈਕਟੀਫਿਕੇਸ਼ਨ ਬਿਫੋਰ ਪ੍ਰੇਪਰੇਸ਼ਨ ਆਫ ਟ੍ਰਾਇਲ ਬੈਲੈਂਸ ਸੈਕੰਡ ਸਟੇਜ ਹੁੰਦੀ ਹੈ ਰੈਕਟੀਫਿਕੇਸ਼ਨ ਆਫਟਰ ਪ੍ਰੇਪਰੇਸ਼ਨ ਆਫ ਟ੍ਰਾਇਲ ਬੈਲੈਂਸ ਬਟ ਬਿਫੋਰ ਫਾਈਨਲ ਅਕਾਊਂਟਸ ਥਰਡ ਸਟੇਜ ਹੁੰਦੀ ਹੈ ਰੈਕਟੀਫਿਕੇਸ਼ਨ ਆਫਟਰ ਪ੍ਰੇਪਰੇਸ਼ਨ ਆਫ ਫਾਈਨਲ ਅਕਾਊਂਟਸ ਜੇਕਰ ਅਸੀਂ ਗਲਤੀਆਂ ਨੂੰ ਟ੍ਰਾਇਲ ਬੈਲੈਂਸ ਬਣਾਉਣ ਤੋਂ ਪਹਿਲਾਂ ਠੀਕ ਕਰੀਏ ਮਤਲਬ ਗਲਤੀਆਂ ਸਾਨੂੰ ਪਹਿਲਾਂ ਹੀ ਮਿਲ ਜਾਣ ਤਾਂ ਉਹਨਾਂ ਨੂੰ ਗਲਤੀਆਂ ਨੂੰ ਠੀਕ ਕਰਨ ਦੇ ਲਈ ਅਸੀਂ 에ਰਰਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੇ ਹਾਂ ਇਹ ਗੱਲ ਧਿਆਨ ਰੱਖਿਓ 1 ਇਸ ਦਾ ਵਨ ਸਾਈਡਡ ਐਰਰ ਸੈਕੰਡ ਵਨ ਇਸ ਦਾ ਟੂ ਸਾਈਡਡ ਐਰਰ ਵਨ ਸਾਈਡਡ ਐਰਰ ਇਹਦਾ ਨਾਮ ਹੀ ਦਾਸਰੇ ਮੈਂ ਪਹਿਲਾਂ ਕਰਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਜ਼ਰੂਰ ਦੇਖੋ ਤੇ ਡਿਟੇਲ ਦੇ ਵਿੱਚ ਇਹ ਕਨਸੈਪਟ ਨੇ ਜਦੋਂ ਸਾਨੂੰ ਸਿਰਫ ਟ੍ਰਾਇਲ ਬੈਲੈਂਸ ਬਣਾਇਆ ਨਹੀਂ ਹੈਗਾ ਸਿਰਫ ਇੱਕ ਅਕਾਊਂਟ ਦੇ ਵਿੱਚ ਲੈਜਰ ਪੋਸਟਿੰਗ ਦੀ ਗਲਤੀ ਹੋ ਗਈ ਉਹਨੂੰ ਠੀਕ ਕਿਵੇਂ ਕਰਨਾ ਹੈ ਉਸ ਪਾਰਟਿਕੂਲਰ ਅਕਾਊਂਟਸ ਜਾਓ ਤੇ ਉਸ ਗਲਤੀ ਨੂੰ ਠੀਕ ਕਰ ਲਓ ਉਹ ਅਕਾਊਂਟ ਬਣਾ ਕੇ ਉਦੇ ਵਿੱਚ ਗਲਤੀ ਠੀਕ ਕੀਤੀ ਜਾ ਸਕਦੀ ਹੈ एग्जांपल ਦੇਖੋ lettes sale book was cast rupees 1000 in place of 1500 sale book ਦਾ ਟੋਟਲ 1000 ਕਰਤਾ 1500 ਦੀ ਜਗ੍ਹਾ ਤੇ this means sale book 5000 ਨਾਲ 500 ਰੁਪਏ ਨਾਲ ਕਟ ਦਿਖਾਤੀ ਕ੍ਰੈਡਿਟ ਘਟ ਦਿਖਾਤਾ ਕਿਉਂਕਿ ਸੇਲ ਅਕਾਊਂਟ ਹਮੇਸ਼ਾ ਕ੍ਰੈਡਿਟ ਹੁੰਦਾ ਹੈ ਸੇਲ ਬੁੱਕ ਕ੍ਰੈਡਿਟ ਹੋਣ ਦਾ ਮਤਲਬ ਸੇਲ ਅਕਾਊਂਟ ਕ੍ਰੈਡਿਟ ਹੁੰਦਾ ਹੈ ਇਸ ਟਾਈਪ ਦੀ ਗਲਤੀ ਵਨ ਸਾਈਡਡ ਐਰਰ ਹੈ ਸਿਰਫ ਸੇਲ ਅਕਾਊਂਟ ਨੂੰ ਇਫੈਕਟ ਕਰ ਰਹੀ ਹੈ ਤਾਂ ਅਸੀਂ ਸੇਲਜ਼ ਅਕਾਊਂਟ ਬਣਾ ਕੇ ਕ੍ਰੈਡਿਟ ਸਾਈਡ ਘਟ ਦਿਖਾਇਆ ਗਿਆ ਹੈ ਗਲਤੀ ਦੇ ਅਕੋਰਡਿੰਗਲੀ ਤਾਂ ਅਸੀਂ ਕ੍ਰੈਡਿਟ ਸਾਈਡ ਤੇ ਲਿਖ ਦਾਂਗੇ 22 ਸੰਡਰੀ ਡੈਟਰਸ 에ਰਰ ਇਨ ਕਾਸਟਿੰਗ ਕਿਉਂਕਿ ਸੇਲ ਬੁੱਕ ਦੇ ਵਿੱਚ ਅਸੀਂ ਜੋ ट्रांजੈਕਸ਼ਨਸ ਦਿਖਾਨੇ ਉਧਾਰ ਸੇਲ ਵਾਲੀਆਂ ਹੁੰਦੀਆਂ ਨੇ ਜਿਸ ਵਿਅਕਤੀ ਨੂੰ ਸੇਲ ਕੀਤੀ ਜਾਂਦੀ ਉਹ ਬਿਜ਼ਨਸ ਦੇ ਡੈਟਰਸ ਹੁੰਦੇ ਨੇ ਅਸੀਂ 500 ਦੇ ਡੈਟਰਸ ਹੋਰ ਦਿਖਾਦੇ ਵਿੱਚ ਇਹਦੇ ਨਾਲ ਗਲਤੀ ਦਾ ਸੁਧਾਰ ਹੋ ਗਿਆ ਜਿਹੜੀਆਂ ਟੂ ਸਾਈਡਡ 에ਰਰਸ ਹੁੰਦੀਆਂ ਨੇ ਉਹਦੇ ਬਾਰੇ ਧਿਆਨ ਰੱਖਿਓ ਜਦੋਂ ਟ੍ਰਾਇਲ ਬੈਲੈਂਸ ਬਣਾਉਣ ਤੋਂ ਪਹਿਲਾਂ ਸਾਨੂੰ ਕੋਈ ਟੂ ਸਾਈਡਡ 에ਰਰ ਮਿਲ ਜੇ ਮਤਲਬ ਕੋਈ ਇਹੋ ਜਿਹੀ ਗਲਤੀ ਜਿਹੜੀ ਡੈਬਿਟ ਤੇ ਕ੍ਰੈਡਿਟ ਸਾਈਡ ਦੋਨਾਂ ਸਾਈਡ ਤੇ ਤਾਂ ਉਹਦੇ ਤਿੰਨ ਸਟੈਪਸ ਸਾਨੂੰ ਲਿਖਨੇ ਪੈਂਦੇ ਨੇ கரੈਕਟ ਐਂਟਰੀ ਲਿਖ ਲਓ ਜਿਹੜੀ ਹੋਣੀ ਚਾਹੀਦੀ ਸੀ ਉਸ ट्रांजੈਕਸ਼ਨਸ ਦੇ ਕਰਕੇ ਗਲਤ ਐਂਟਰੀ ਲਿਖੋ ਜੋ ਬਿਜ਼ਨਸਮੈਨ ਨੇ ਕਰਤੀ ਰਫਲੀ ਤੇ ਫਾਈਨਲੀ ਜੋ ਸੋਲੂਸ਼ਨ ਦੇ ਰੂਪ ਚ ਅਸੀਂ ਪੇਪਰਸ ਲਿਖਣਾ ਹੈ ਪਾਸ ਰੈਕਟੀਫਾਈਂਗ ਐਂਟਰੀ ਟੂ ਕੈਨਸਲ ਦਾ ਇਫੈਕਟ ਆਫ 에ਰਰ ਉਹਨਾਂ ਗਲਤੀਆਂ ਦਾ ਅਸਰ ਠੀਕ ਕਰਨ ਦੇ ਲਈ ਉਹ ਐਂਟਰੀ ਪਾਉ ਜਿਹਨੂੰ ਰੈਕਟੀਫਾਈਡ ਐਂਟਰੀ ਕਹਿੰਦੇ ਨੇ ਤਾਂ ਕਿ ਗਲਤੀਆਂ ਦਾ ਅਸਰ ਠੀਕ ਹੋ ਸਕੇ ਐਗਜ਼ਾਮ ਚ ਅਸੀਂ ਸਿਰਫ ਇਹ ਪਾਣੀ ਹੁੰਦੀ ਹੈ கரੈਕਟ ਐਂਟਰੀ ਤੇ ਰੋਂਗ ਐਂਟਰੀ ਅਸੀਂ ਰਫਲੀ ਲਿਖ ਕੇ ਦੇਖ ਸਕਦੇ ਆ ਤਾਂ ਕਿ ਸਾਨੂੰ ਇਫੈਕਟ ਸਮਝ ਲੱਗ ਜਾ ਗਲਤੀ ਦਾ ਆਓ ਇਹਨੂੰ ਸਮਝੀਏ ਲੈਟ ਪਰਚੇਸ ਆਫ 2000 ਫਰੋਮ ਮਹਿੰਦਰ ਐਂਟਰਡ ਇਨ ਡੇ ਬੁੱਕ ਐਸ ਰੁਪੀਏ 200 ਪਰਚੇਸ ਕੀਤੀ 2000 ਦੀ ਮਹਿੰਦਰ ਤੋਂ ਡੇ ਬੁੱਕ ਦਾ ਮਤਲਬ ਪਰਚੇਸ ਬੁੱਕ ਚ 200 ਲਿਖਤੀ ਇਹਦਾ ਮਤਲਬ ਪਰਚੇਸ ਬੁੱਕ ਦੇ ਵਿੱਚ 200 ਲਿਖੀ ਗਈ ਪਰਚੇਸ ਬੁੱਕ ਦਾ ਟੋਟਲ ਨਹੀਂ ਗਲਤ ਹੋਇਆ ਪਰਚੇਸ ਬੁੱਕ ਚ 200 ਲਿਖੀ ਗਈ ਥਿਸ ਮੀਨਸ ਪਰਚੇਸ ਅਕਾਊਂਟ ਵੀ ਗਲਤ ਹੋ ਗਿਆ ਮਹਿੰਦਰ ਦਾ ਅਕਾਊਂਟ ਵੀ ਗਲਤ ਹੋ ਗਿਆ ਅਮਾਉਂਟ ਦੇ ਨਾਲ 1800 ਲੈਸ ਦਿਖਾਤੇ ਤਾਂ ਅਸੀਂ ਕੀ ਕਰਾਂਗੇ ਇਸ ਪ੍ਰੋਸੀਜਰ ਦੇ ਅਕੋਰਡਿੰਗਲੀ ਸਭ ਤੋਂ ਪਹਿਲਾਂ ਜਿਹੜੀ ਐਂਟਰੀ ਹੋਣੀ ਚਾਹੀਦੀ ਸੀ ਉਹਨੂੰ ਦੇਖੀਏ ਤਾਂ ਸਾਡੀ ਬੁੱਕ ਆਫ ਅਕਾਊਂਟਸ ਸਟੂਡੈਂਟਸ ਇਹ ਐਂਟਰੀ ਹੋਣੀ ਚਾਹੀਦੀ ਸੀ ਪਰਚੇਸ ਅਕਾਊਂਟ ਡੈਬਿਟ ਟੂ ਮਹਿੰਦਰਜ਼ ਅਕਾਊਂਟ ਪਰ ਰੋਂਗ ਐਂਟਰੀ ਜਿਹੜੀ ਪਾਸ ਆਊਟ ਕੀਤੀ ਕਿਉਂਕਿ ਪਰਚੇਸ ਬੁੱਕ 'ਚ ਜਦੋਂ ਗਲਤ ਪੋਸਟਿੰਗ ਅਸੀਂ ਗਲਤ ਰਿਕਾਰਡ ਕਰਤਾ ਤਾਂ ਉਹਦਾ ਅਕਾਊਂਟ ਤੇ ਕੀ ਇਫੈਕਟ ਪਿਆ ਕਿਉਂਕਿ ਜਿਹੜੀਆਂ ਡੇ ਬੁੱਕਸ ਹੁੰਦੀਆਂ ਨੇ ਉਹਨਾਂ ਤੋਂ ਹੀ ਜਿਹੜੀ ਪੋਸਟਿੰਗ ਹੈ ਉਹ ਲੈਜਰ ਅਕਾਊਂਟ 'ਚ ਹੁੰਦੀ ਹੈ ਪਰਚੇਸਿਸ ਅਕਾਊਂਟ ਡੈਬਿਟ ਟੂ ਮਹਿੰਦਰ ਅਕਾਊਂਟ 200 200 ਅਕਾਊਂਟ ਠੀਕ ਨੇ ਅਮਾਉਂਟ ਘਟ ਸੀ ਜਿੰਨਾ ਘਟ ਸੀ ਅਸੀਂ ਰੈਕਟੀਫਾਈਡ ਐਂਟਰੀ ਪਾਤੀ ਪਰਚੇਸ ਅਕਾਊਂਟ ਡੈਬਿਟ 2000 ਨਾਲ ਹੋਣਾ ਚਾਹੀਦਾ ਸੀ ਅਸੀਂ 200 ਨਾਲ ਕੀਤਾ ਤਾਂ 1800 ਨਾਲ ਹੋਰ ਡੈਬਿਟ ਕਰਤਾ ਸਿਮਿਲਰਲੀ ਮਹਿੰਦਰ ਅਕਾਊਂਟ 1800 ਨਾਲ ਕ੍ਰੈਡਿਟ ਕਰਤਾ ਇਸ ਢੰਗ ਦੇ ਨਾਲ ਅਸੀਂ ਰੈਕਟੀਫਿਕੇਸ਼ਨ ਕਰ ਦਿੰਦੇ ਹਾਂ ਨਰੇਸ਼ਨ ਬਾਰੇ ਮੈਂ ਪਹਿਲਾਂ ਵੀ ਡਿਟੇਲ ਚ ਵੀਡੀਓਜ਼ ਦੱਸ ਚੁੱਕਿਆ ਫਿਰ ਵੀ ਇੱਥੇ ਦੱਸਦਾ ਕਿਸੇ ਵੀ ਨਰੇਸ਼ਨ ਨੂੰ ਲਿਖਣਾ ਬੜਾ ਈਜ਼ੀ ਹੁੰਦਾ ਜੋ ਟ੍ਰਾਂਜੈਕਸ਼ਨ ਦਿੱਤੀ ਹੋਵੇ ਉਹਦੇ ਵਿੱਚੋਂ ਬਣ ਜਾਂਦੀ ਹੈ ਜੋ ਉੱਥੇ ਦਿੱਤਾ ਹੋਇਆ ਹੈ ਉਹਦੇ ਅਕੋਰਡਿੰਗਲੀ ਬਣਾ ਦਿਓ ਦੋ ਤਿੰਨ ਟਰਮਸ ਨੇ ਜਿਹੜੀਆਂ ਯੂਜ਼ ਕਰਦੇ ਆ ਬੀਇੰਗ ਪਰਚੇਸ ਆਫ 2000 ਫਰੋਮ ਮਹਿੰਦਰ ਐਂਟਰਡ ਇਨ ਪਰਚੇਸ ਬੁੱਕ ਐਜ਼ 200 ਐਂਟਰਡ ਇਥਾਂ ਦੇ ਰੋਂਗਲੀ ਐਂਟਰਡ ਵੀ ਲਿਖਿਆ ਜਾ ਸਕਦਾ ਹੈ ਨਾਉ ਰੈਕਟੀਫਾਈਡ ਬਸ ਲਾਸਟ ਦੇ ਵਿੱਚ ਅਸੀਂ ਵਰਡ ਲਿਖਣਾ ਹੁੰਦਾ ਹੈ ਨਾਉ ਰੈਕਟੀਫਾਈਡ ਹੁਣ ਠੀਕ ਕਰ ਦਿੱਤਾ ਗਿਆ ਇਸ ਢੰਗ ਦੇ ਨਾਲ ਟੂ ਸਾਈਡਡ ਐਰਰ ਠੀਕ ਹੋ ਜਾਂਦੀਆਂ ਨੇ ਰੈਕਟੀਫਿਕੇਸ਼ਨ ਆਫ ਐਰਰ ਸੈਕੰਡ ਸਟੇਜ ਦੀ ਗੱਲ ਕਰ ਰਹੇ ਹਾਂ ਰੈਕਟੀਫਿਕੇਸ਼ਨ ਆਫਟਰ ਪ੍ਰਪਰੇਸ਼ਨ ਆਫ ਟ੍ਰਾਇਲ ਬੈਲੈਂਸ ਬਿਫੋਰ ਫਾਈਨਲ ਅਕਾਊਂਟ ਮਨ ਲਓ ਬਿਜ਼ਨਸ ਦੇ ਵਿੱਚ ਬੁਕਸ ਆਫ ਜੋ ਅਕਾਊਂਟਸ ਨੇ ਉਹਨਾਂ ਚ ਟ੍ਰਾਇਲ ਬੈਲੈਂਸ ਬਣਾਤਾ ਉਸ ਟਾਈਮ ਸਾਨੂੰ ਗਲਤੀਆਂ ਮਿਲੀਆਂ ਉਦੋਂ ਵੀ ਗਲਤੀਆਂ ਦੀਆਂ ਦੋ ਚੀਜ਼ਾਂ ਦੇਖਣ ਦੋ ਟਾਈਪ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਇਨ ਕੇਸ ਆਫ ਵਨ ਸਾਈਡਡ ਐਰਰ ਤੇ ਇਨ ਕੇਸ ਆਫ ਟੂ ਸਾਈਡਡ ਐਰਰ ਵਨ ਸਾਈਡਡ ਐਰਰ ਦੀ ਗੱਲ ਕਰੀਏ ਜੇਕਰ ਸਾਡੇ ਤੋਂ ਕਿਸੇ ਇੱਕ ਟਾਈਪ ਦੇ ਅਕਾਊਂਟ ਦੇ ਵਿੱਚ ਗਲਤੀ ਹੋ ਰਹੀ ਹੋਵੇ ਕਿਸੇ ਇੱਕ ਸਾਈਡ ਡੈਬਿਟ ਜਾਂ ਕ੍ਰੈਡਿਟ ਸਾਈਡ ਦੇ ਉੱਤੇ ਕੋਈ ਗਲਤੀ ਹੋ ਰਹੀ ਹੈ ਉਸ ਹਾਲਤ ਦੇ ਵਿੱਚ ਸਸਪੈਂਸ ਅਕਾਊਂਟ ਯੂਜ਼ ਕੀਤਾ ਜਾਂਦਾ ਹੈ ਧਿਆਨ ਨਾਲ ਇਸ ਤੋਂ ਪਹਿਲਾਂ ਵਾਲੀ ਵੀਡੀਓ 'ਚ ਮੈਂ ਡਿਟੇਲ 'ਚ ਦੱਸਿਆ ਮੈਂ ਫਿਰ ਕਰ ਰਹੇ ਸਸਪੈਂਸ ਅਕਾਊਂਟ ਕੀ ਹੁੰਦਾ ਹੈ ਸਸਪੈਂਸ ਅਕਾਊਂਟ ਦੀ ਵਰਤੋਂ ਟ੍ਰਾਇਲ ਬੈਲੈਂਸ ਕਿਵੇਂ ਕਰਦੇ ਨੇ ਇਹਦੇ ਲਈ ਵੀਡੀਓ ਨੰਬਰ 39 ਹੈ ਉਸ ਦਾ ਲਿੰਕ ਵੀ ਮੈਂ نیچے ਦੇ ਰਹੇ ਹਾਂ ਤੁਸੀਂ ਉਹਨੂੰ ਵੀ ਦੇਖੋ ਤਾਂ ਕਿ ਸਸਪੈਂਸ ਅਕਾਊਂਟ ਦੇ ਬਾਰੇ ਡਿਟੇਲ ਇਨਫੋਰਮੇਸ਼ਨ ਮਿਲ ਸਕੇ ਜੇਕਰ ਤੁਹਾਨੂੰ ਕਲੀਅਰ ਨਹੀਂ ਹੈ ਜੇ ਪਤਾ ਹੈ ਦੈਨ ਇਟਸ ਵੈਰੀ ਗੁੱਡ ਆਓ ਅੱਗੇ ਵਧੀਏ ਇਨ ਕੇਸ ਆਫ ਵਨ ਸਾਈਡਡ ਐਰਰ ਤਾਂ ਸਸਪੈਂਸ ਅਕਾਊਂਟ ਯੂਜ਼ ਕੀਤਾ ਜਾਂਦਾ ਹੈ ਟੂ ਪੋਸਟ ਡਾਊਟਫੁਲ ਆਈਟਮਸ ਟੂ ਬੈਲੈਂਸ ਆ ਡਿਸਐਗਰੀ ਟ੍ਰਾਇਲ ਬੈਲੈਂਸ ਦੋ ਟੰਗ ਦੇ ਵਿੱਚ ਅਸੀਂ ਸਸਪੈਂਸ ਅਕਾਊਂਟ ਵਰਤ ਲੈਨੇ ਜੇਕਰ ਸਾਨੂੰ ਕਿਸੇ ਐਂਟਰੀ ਤੇ ਡਾਊਟ ਹੈ ਜਿਸ ਤਰ੍ਹਾਂ ਲੈਟ ਅ ਬਿਜ਼ਨਸਮੈਨ ਗੈਟਸ ਅ ਕੈਸ਼ ਆਫ 3000 ਬਟ ਫੋਰਗੇਟਸ ਹੂ ਸੈਂਟ ਦਾ ਮਨੀ ਬਿਜ਼ਨਸਮੈਨ ਨੂੰ 3000 ਰੁਪਏ ਕਿਸੇ ਤੋਂ ਕੈਸ਼ ਮਿਲਿਆ ਬਟ ਇਹ ਭੁੱਲ ਗਿਆ ਕਿਸ ਤੋਂ ਮਿਲਿਆ ਤਾਂ ਉਹ ਸਸਪੈਂਸ ਅਕਾਊਂਟ ਨੂੰ ਪਾ ਦੇਗਾ ਕਿਉਂਕਿ ਡਾਊਟ ਹੈ ਕੈਸ਼ ਅਕਾਊਂਟ ਡੈਬਿਟ ਟੂ ਸਸਪੈਂਸ ਅਕਾਊਂਟ ਬਿਜ਼ਨਸਮੈਨ ਦਾ ਨਾਮ ਪਤਾ ਨਹੀਂ ਸੀ ਸਸਪੈਂਸ ਪਾਤਾ ਜਿਸ ਦਿਨ ਉਸ ਬਿਜ਼ਨਸਮੈਨ ਨਾਲ ਹਿਸਾਬ ਕਿਤਾ ਹੋਏਗਾ ਉਸ ਦਿਨ ਇਸ ਐਂਟਰੀ ਨੂੰ ਚੈੱਕ ਕੀਤਾ ਜਾ ਸਕਦਾ ਹੈ ਤਾਂ ਸਸਪੈਂਸ ਅਕਾਊਂਟ ਆਪਣੇ ਆਪ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਅਸੀਂ ਬਿਜ਼ਨਸ ਦੇ ਵਿੱਚ ਸ਼ੋ ਕਰ ਦਿੰਦੇ ਹਾਂ ਇੱਕ ਵਾਰੀ ਬੁక్స్ ਆਫ ਅਕਾਊਂਟਸ ਦੇ ਵਿੱਚ ਕਲੀਅਰ ਇਹ ਉਦੋਂ ਹੈ ਜੇ ਕੋ ਡਾਊਟਫੁਲ ਆਈਟਮਸ ਨੇ ਤਾਂ ਸਸਪੈਂਸ ਅਕਾਊਂਟ ਵਰਤਿਆ ਜਾਂਦਾ ਹੈ ਦੂਸਰਾ ਟੂ ਬੈਲੈਂਸ ਅ ਡਿਸਐਗਰੀਡ ਟ੍ਰਾਇਲ ਬੈਲੈਂਸ ਸੈਕੰਡ ਪਾਰਟ ਉਸ ਹਾਲਤ ਚ ਕੀ ਕਰਦੇ ਹਾਂ ਉਦੇ ਬਾਰੇ ਮੈਂ ਤੁਹਾਡੇ ਨਾਲ ਅਗੇ ਕੁਐਸਚਨ ਕਰਦਾ ਹਾਂ ਉਹਦੇ ਵਿੱਚ ਅਸੀਂ ਇਹਨੂੰ ਕਲੀਅਰਿਫਾਈ ਕਰਾਂਗੇ ਫਿਰ ਕੀ ਕੀਤਾ ਜਾਂਦਾ ਆਓ ਰੈਕਟੀਫਿਕੇਸ਼ਨ ਆਫਟਰ ਪ੍ਰੇਪਰੇਸ਼ਨ ਆਫ ਟ੍ਰਾਇਲ ਬੈਲੈਂਸ ਬਿਫੋਰ ਫਾਈਨਲ ਅਕਾਊਂਟ ਇਨ ਕੇਸ ਆਫ ਟੂ ਸਾਈਡਡ ਐਰਰ ਜੇ ਦੋ ਟਾਈ ਸਾਈਡ ਦੀਆਂ ਐਰਰਸ ਨੇ ਡੀਅਰ ਸਟੂਡੈਂਟਸ ਇਹਦੇ ਬਾਰੇ ਮੈਂ ਤੁਹਾਨੂੰ ਕਲੀਅਰ ਕਰਦਾ ਇਹਨਾਂ ਨਾਲ ਸੇਮ ਟ੍ਰੀਟਮੈਂਟ ਕਰੀਦਾ ਜੋ ਟ੍ਰਾਇਲ ਬੈਲੈਂਸ ਤੋਂ ਪਹਿਲਾਂ ਜੇਕਰ ਇਹੋ ਜਿਹੀਆਂ ਗਲਤੀਆਂ ਮਿਲਦੀਆਂ ਨੇ ਤਿੰਨ ਸਟੈਪ ਸੇਮ ਨੇ ਕਰੈਕਟ ਐਂਟਰੀ ਲਿਖ ਲਓ ਪਹਿਲਾਂ ਰਫਲੀ ਰੋਂਗ ਐਂਟਰੀ ਕੀ ਪਾਸ ਕਰਤੀ ਉਹ ਦੇਖ ਲਓ ਫਿਰ ਗਲਤ ਐਂਟਰੀ ਕਰਕੇ ਸਾਡੀ ਬੁక్స్ ਆਫ ਅਕਾਊਂਟਸ ਦੇ ਵਿੱਚ ਕਿਸ-ਕਿਸ ਅਕਾਊਂਟ ਤੇ ਇਫੈਕਟ ਪਿਆ ਉਹਨਾਂ ਅਕਾਊਂਟਸ ਦੀ ਪੋਸਟਿੰਗ ਉਹਨਾਂ ਅਕਾਊਂਟਸ ਦੀ ਐਂਟਰੀ ਦੁਬਾਰਾ ਕਰ ਦੋ ਰੈਕਟੀਫਾਈਡ ਐਂਟਰੀ ਜਿਹੜੀ ਪਾਸ ਆਊਟ ਕਰ ਦੋ ਇਹਦੇ ਨਾਲ ਅਸੀਂ ਗਲਤੀ ਦਾ ਸਹੀ ਠੀਕ ਕਰ ਸਕਦੇ ਹਾਂ ਇਹਦੇ ਨਾਲ ਰਿਲੇਟਡ ਐਗਜ਼ਾਮਪਲ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਆਓ ਸਟੂਡੈਂਟਸ ਅੱਗੇ ਵਧੀਏ ਨਾਲੇ ਮੈਂ ਤੁਹਾਡੇ ਨਾਲ ਸਸਪੈਂਸ ਅਕਾਊਂਟ ਬਾਰੇ ਵੀ ਅੱਗੇ ਡੀਟੇਲਸ ਗੱਲ ਕਰੂੰਗਾ ਕੁਐਸਚਨ ਪਹਿਲੀ ਪ੍ਰੋਬਲਮ ਹੈ ਅੱਜ ਦੀ ਮੈਂ ਕਹਿੰਦਾ ਚਾਰ ਪ੍ਰੋਬਲਮ ਅਸੀਂ ਡਿਸਕਸ ਕਰਾਂਗੇ ਰੈਕਟੀਫਾਈ ਦਾ ਫਾਲੋਇੰਗ 에ਰਰਸ ਇਹ ਲ ਕ੍ਰੈਡਿਟ ਸੇਲ ਟੂ ਹੁਸੈਨ ਰੁਪੀਏ 5000 ਵਾ ਨੋਟ ਰਿਕਾਰਡਡ ਇਹ ਤਾਂ ਮਨ ਨੂੰ ਭੁੱਲ ਹੋ ਗਈ ਵੀ ਹੁਸੈਨ ਨੂੰ 5000 ਦੀ ਉਧਾਰ ਸੇਲ ਕੀਤੀ ਰਿਕਾਰਡ ਨਹੀਂ ਕੀਤੀ ਤਾਂ ਗਲਤੀ ਕਿਵੇਂ ਠੀਕ ਹੋ ਸਕਦੀ ਹੈ ਰਿਕਾਰਡ ਕਰ ਦੋ ਸਿੰਪਲ ਜੋ ਕ੍ਰੈਡਿਟ ਸੇਲ ਦੀ ਹੁੰਦੀ ਹੈ ਸੇਲ ਕ੍ਰੈਡਿਟ ਹੁੰਦੀ ਹੈ ਹੁਸੈਨ ਗੁੱਡਸ ਰੀਸੀਵ ਕਰਨ ਵਾਲਾ ਹੈ ਜਾਂ ਵਾਲੀ ਹੈ ਤਾਂ ਅਸੀਂ ਉਸਦੇ ਅਕਾਊਂਟ ਨੂੰ ਡੈਬਿਟ ਕਰ ਦਾਂਗੇ ਰੀਸੀਵਰ ਦੇ ਅਕਾਊਂਟ ਨੂੰ ਡੈਬਿਟ ਪਰਸਨਲ ਅਕਾਊਂਟ ਹੈ ਹੁਸੈਨਸ ਅਕਾਊਂਟ ਡੈਬਿਟ ਟੂ ਸੇਲਸ ਅਕਾਊਂਟ ਬੀਇੰਗ ਕ੍ਰੈਡਿਟ ਸੇਲ ਟੂ ਹੁਸੈਨ ਵਾ ਰਮੀਟਰ ਟੂ ਵੀ ਰਿਕਾਰ ਲਿਖਣਾ ਭੁੱਲ ਗਏ ਸੀ ਇਹਦਾ ਮਤਲਬ ਹੁੰਦਾ ਵਰ ਰਿਮਿਟਰ ਟੂ ਬੀ ਰਿਕਾਰਡਡ ਸੈਕਿੰਡ ਕ੍ਰੈਡਿਟ ਪਰਚੇਸ ਫਰੋਮ ਨਾਇਨਾ ਰੁਪੀਏ 8100 ਰਿਕਾਰਡਡ ਨਾਇਨਾ ਤੋਂ 8000 ਦੀ ਕ੍ਰੈਡਿਟ ਪਰਚੇਸ ਕੀਤੀ ਰਿਕਾਰਡ ਨਹੀਂ ਕੀਤੀ ਤਾਂ ਸਿੰਪਲ ਗੱਲ ਹੈ ਰਿਕਾਰਡ ਕਰ ਦਿਓ ਜਸਟ ਇੱਕ ਤਰ੍ਹਾਂ ਦਾ ਜਦੋਂ ਰਿਕਾਰਡ ਨਹੀਂ ਕੀਤੀ ਹੁੰਦੀ ਇਹਦਾ ਮਤਲਬ ਹੁੰਦਾ ਜਸਟ ਇੱਕ ਬਿਜ਼ਨਸ ट्रांजैक्शन ਹੋਈ ਹੈ ਉਹਨੂੰ ਰਿਕਾਰਡ ਕਰ ਲਓ ਪਰਚੇਸ ਅਕਾਊਂਟ ਡੈਬਿਟ ਟੂ ਨਾਇਨਾਜ਼ ਅਕਾਊਂਟ ਇਹ ਤੁਹਾਨੂੰ ਸਾਰਿਆਂ ਨੂੰ ਆਂਦੀ ਹੋਏਗੀ ਇਸ ਟਾਈਪ ਦੀਆਂ 에ਰਰਸ ਵੀ ਹੋ ਸਕਦੀਆਂ ਨੇ ਜਦੋਂ ਅਸੀਂ ਮਿਕਸਡ ਟਾਈਪ ਆਫ ਕੁਐਸ਼ਨਸ ਕਰਾਂਗੇ 3rd ਵਨ ਗੁੱਡਸ ਰਿਟਰਨ ਟੂ ਪ੍ਰੀਆ 12000 ਵਨ ਨਾਟ ਰਿਕਾਰਡਡ ਪ੍ਰੀਆ ਨੂੰ ਗੁੱਡਸ ਵਾਪਿਸ ਕੀਤੀਆਂ ਪਰਚੇਸ ਡੈਬਿਟ ਹੁੰਦੀ ਹੈ ਥਿਸ ਮੀਨਸ ਪਰਚੇਸ ਰਿਟਰਨ ਕੀਤਾ ਅਸੀਂ ਖਰੀਦੇ ਸੀ ਪ੍ਰੀਆ ਤੋਂ ਹੁਣ ਵਾਪਸ ਕਰਤੀਆਂ ਡੂ ਟੂ ਸਰਟਨ ਰੀਜ਼ਨਸ ਤਾਂ ਪਰਚੇਸ ਰਿਟਰਨ ਕ੍ਰੈਡਿਟ ਹੋਗੀ ਪ੍ਰੀਆ ਰਿਸੀਵਰ ਹੈ ਗੁੱਡਸ ਦੀ ਪ੍ਰੀਆਜ਼ ਅਕਾਊਂਟ ਡੈਬਿਟ ਟੂ ਪਰਚੇਸ ਅਕਾਊਂਟ 12000 12000 ਨਰੇਸ਼ਨ ਸੇਮ being goods returned to priya were omitted to be recorded goods wapas karti hai priya nu par likhna bhul gaye goods returned from rashi rupees 10000 were not recorded same rashi to sanu goods miliyan ne asi likhna bhul gaye eda matlab rashi nu kade sale kiti si hun sale return hogi sale credit hundi hai sales return debit hundi hai tonu eh sarayanu aanda hoyega sales return account debit to rashi's account being goods returned from rashi were omitted to be recorded. AC ਸਾਡੀ ਅੱਜ ਦੀ ਪਹਿਲੀ ਪ੍ਰੋਬਲਮ। ਕੁਐਸਚਨ 2, ਸੈਕੰਡ ਪ੍ਰੋਬਲਮ ਦੇਖੋ। ਡਿਫਰੈਂਟ ਟਾਈਪ ਦੀਆਂ ਮੈਂ ਐਂਟਰੀਜ਼ ਤੁਹਾਡੇ ਨਾਲ ਡਿਸਕਸ ਕਰੂੰਗਾ ਹੁਣ। ਧਿਆਨ ਨਾਲ ਰੈਕਟੀਫਾਈ ਦਾ ਫੋਲੋਇੰਗ ਐਰਰਸ। ਸਟੂਡੈਂਟ ਸੇ ਚਾਰ ਐਂਟਰੀਜ਼ ਨੇ ਜਿਨ੍ਹਾਂ ਨੂੰ ਅਸੀਂ ਅੱਜ ਦੇ ਕੁਐਸਚਨ ਦੇ ਵਿੱਚ ਸੋਲਵ ਕਰਾਂਗੇ। ਮੈਂ ਇੱਥੇ ਵੀ ਲਿਖਿਆ ਇਹ ਚਾਰੋ ट्रांजੈਕਸ਼ਨਸ ਨੂੰ। ਅੱਗੇ-ਅੱਗੇ ਜਿਉਂ-ਜਿਉਂ ਆਪਾਂ ਠੀਕ ਕਰਾਂਗੇ ਉਦੋਂ ਮੈਂ ਉਹਨੂੰ ਨਾਲ-ਨਾਲ ਪੜਦਾ ਚਲਾ ਜਾਊਂਗਾ ਹਰ ਇੱਕ ट्रांजੈਕਸ਼ਨ ਨੂੰ। ਕੀ-ਕੀ ਗਲਤੀਆਂ ਹੋਈਆਂ ਨੇ? ਆਓ ਅੱਗੇ ਦੇਖਦੇ ਹਾਂ। ਤੇ ਨਾਲ ਅਸੀਂ ਉਹਨੂੰ ਰੈਕਟੀਫਾਈਡ ਵੀ ਕਰ ਦਾਂਗੇ ਆਓ ਪਹਿਲਾਂ ਦੇਖੀਏ ਜੀ ਕ੍ਰੈਡਿਟ ਸੇਲ ਟੂ ਮਿਰਦੁਲਾ ਰੁਪੀਸ 5000 ਵਰ ਰਿਕਾਰਡਡ ਐਸ 500 ਅਸੀਂ ਮਿਰਦੁਲਾ ਨੂੰ ਕ੍ਰੈਡਿਟ ਸੇਲ ਕੀਤੀ 5000 ਦੀ ਬਟ 500 ਰਿਕਾਰਡ ਕਰਤੇ ਇਹਦਾ ਮਤਲਬ ਡਬਲ ਸਾਈਡਡ ਇਫੈਕਟਡ ਹੋ ਗਿਆ ਹੈ ਟੂ ਸਾਈਡਡ ਇਫੈਕਟ ਸੇਮ ਪ੍ਰੋਸੀਜਰ ਸੋਚ ਕੇ ਦੇਖੋ ਰਫ ਕੰਮ ਚ ਅਸੀਂ ਸੋਚ ਕੇ ਦੇਖੀਏ their entry should be in the books ਸਾਡੀ ਬੁੱਕਸ 'ਚ ਐਂਟਰੀ ਹੋਣੀ ਚਾਹੀਦੀ ਸੀ ਮਿਰਦੁਲਾਜ਼ ਅਕਾਊਂਟ ਡੈਬਿਟ ਟੂ ਸੇਲਜ਼ ਅਕਾਊਂਟ 5000 5000 ਬਟ ਰੋਂਗ ਐਂਟਰੀ ਇਨ ਦਾ ਬੁਕਸ ਕੀ ਕਰਤੀ ਅਸੀਂ ਮਿਰਦੁਲਾਜ਼ ਅਕਾਊਂਟ ਡੈਬਿਟ ਟੂ ਸੇਲਜ਼ ਅਕਾਊਂਟ 500 500 ਅਮਾਉਂਟ ਗਲਤ ਲਿਖਤਾ ਤਾਂ ਸੋਚ ਕੇ ਦੇਖੋ ਦੋਨੋਂ ਅਕਾਊਂਟ ਡੈਬਿਟ ਤੇ ਕ੍ਰੈਡਿਟ ਹੋਣੇ ਚਾਹੀਦੇ ਸੀ ਮਿਰਦੁਲਾਜ਼ ਅਕਾਊਂਟ 'ਤੇ ਡੈਬਿਟ ਹੈ ਇਹ ਡੈਬਿਟ ਹੋਣਾ ਚਾਹੀਦਾ ਸੀ ਪਰ ਅਸੀਂ ਡੈਬਿਟ ਕਿੰਨੇ ਨਾਲ ਕੀਤਾ 500 ਨਾਲ ਸੇਲਜ਼ ਅਕਾਊਂਟ ਕ੍ਰੈਡਿਟ ਕਿੰਨੇ ਨਾਲ ਕਰਨਾ ਚਾਹੀਦਾ ਸੀ 500 500 ਕਟ ਕੀਤਾ ਤਾਂ ਹੁਣ ਕਰ ਦੋ ਐਂਟਰੀ गिवन ਕੀ ਮਿਰਦਲਾਸ ਅਕਾਊਂਟ ਡੈਬਿਟ 4500 4500 ਵੀ ਕਹਿ ਸਕਦੇ ਆ ਟੂ ਸੇਲਜ਼ ਅਕਾਊਂਟ 4500 ਬੀਇੰਗ ਕ੍ਰੈਡਿਟ ਸੇਲ ਟੂ ਮਿਰਦਲਾ ਵਾਰ ਰਿਕਾਰਡਡ ਐਸ 500 ਇਨਸਟੀਡ ਆਫ 5000 ਨਾਓ ਰੈਕਟੀਫਾਈਡ ਸਮਝ ਲੱਗ ਗਿਆ ਇਹ ਟੂ ਸਾਈਡਡ ਐਰਰ ਹੈ ਅਸੀਂ ਇਸ ਢੰਗ ਦੇ ਨਾਲ ਐਗਜ਼ਾਮ 'ਚ ਸਿਰਫ ਇਹ ਵਾਲੀ ਐਂਟਰੀ ਪਾ ਕੇ ਆਣੀ ਹੈ ਜੋ ਕਰੈਕਟ ਕਰਕੇ ਲੱਗਦੀ ਇਹ ਰਫਲੀ ਸਾਡੀ ਹੈਲਪ ਦੇ ਲਈ ਹੈ ਆਓ ਅਗੇ ਵਧੀਏ ਸੈਕੰਡ ट्रांजੈਕਸ਼ਨ ਜੋ ਗਲਤੀ ਕੀਤੀ ਕਿ ਬੁక్స్ ਆਫ ਅਕਾਊਂਟਸ ਦੇ ਵਿੱਚ ਕ੍ਰੈਡਿਟ ਪਰਚੇਸ ਫਰੋਮ ਨਵੀਨ ਰੁਪੀ 8000 ਵਾਰ ਰਿਕਾਰਡਡ ਐਸ 800 ਨਵੀਨ ਤੋਂ ਅਸੀਂ ਉਧਾਰ ਪਰਚੇਸ ਕੀਤਾ ਸਟੂਡੈਂਟ ਸੋਚ ਕੇ ਦੇਖੋ ਜਦੋਂ ਉਧਾਰ ਪਰਚੇਸ ਕੀਤਾ ਐਂਟਰੀ ਹੋਣੀ ਚਾਹੀਦੀ ਸੀ ਪਰਚੇਸ ਅਕਾਊਂਟ ਡੈਬਿਟ ਟੂ ਨਵੀਨ 8000 8000 ਪਰ ਉਹਨੇ 800 ਕੀਤਾ ਇਹਦਾ ਮਤਲਬ 7200 ਘਟ ਦਿਖਾਇਆ 7200 ਘਟ ਦਿਖਾਇਆ ਤਾਂ ਅਸੀਂ ਜ਼ਿਆਦਾ ਦਿਖਾ ਦਨੇ ਹੁਣ ਦੋਨੋਂ ਅਕਾਊਂਟ ਦੇ ਉੱਤੇ ਇਫੈਕਟ ਪਿਆ ਹੈ ਨਵੀਨ ਤੇ ਵੀ ਪਰਚੇਸ ਤੇ ਵੀ ਕਿਉਂਕਿ ਅਮਾਉਂਟ ਹੀ ਗਲਤ ਰਿਕਾਰਡ ਕਰ ਲਿਆ ਪਰਚੇਸਿਸ ਅਕਾਊਂਟ ਹੈ ਵੀ ਟੂ ਨਵੀਨਜ਼ ਅਕਾਊਂਟ ਜੇਕਰ ਕਿਸੇ ਇੱਕ ਅਕਾਊਂਟ ਤੇ ਇਫੈਕਟ ਹੁੰਦਾ ਹੈ ਤਾਂ ट्रांजैक्शन ਦੇ ਵਿੱਚ ਕਲੀਅਰ ਕੀਤਾ ਜਾਂਦਾ ਹੈ ਪਰਚੇਸਿਸ ਅਕਾਊਂਟ ਡੈਬਿਟ ਟੂ ਨਵੀਨਜ਼ ਅਕਾਊਂਟ 7200 ਨਾਲ ਡੈਬਿਟ ਤੇ ਨਵੀਨ ਦਾ ਅਕਾਊਂਟ 7200 ਨਾਲ ਕ੍ਰੈਡਿਟ ਪਰਚੇਸ ਨੂੰ ਅਸੀਂ ਡੈਬਿਟ ਕੀਤਾ ਸੀ ਕਲੀਅਰ ਹਾਂ ਅਓ ਅਗੇ ਵਧੀਏ 3rd ट्रांजैक्शन ਗੁੱਡਸ ਰਿਟਰਨ ਟੂ ਪ੍ਰਿੰਸ ਰੁਪੀ 12000 ਵਰ ਰਿਕਾਰਡਡ ਐਸ 1200 ਪ੍ਰਿੰਸ ਨੂੰ ਅਸੀਂ ਗੁੱਡਸ ਵਾਪਸ ਕੀਤੀਆਂ 12000 ਦੀਆਂ ਪਰ 1200 ਲਿਖਿਆ ਕਿੰਨਾ ਘੱਟ ਲਿਖਤਾ 10800 ਤਾਂ ਅਸੀਂ ਨਾਰਮਲ ਗੁੱਡਸ ਰਿਟਰਨ ਦੀ ਪਰਚੇਜ਼ ਰਿਟਰਨ ਦੀ ਐਂਟਰੀ ਪਾ ਦਾਂਗੇ ਕਿਉਂਕਿ 10800 ਘੱਟ ਦਿਖਾਇਆ ਤਾਂ 10800 ਦੀ ਹੋਰ ਐਂਟਰੀ ਪਾ ਦਿੰਦੇ ਹਾਂ ਤਾਂ ਰੈਕਟੀਫਿਕੇਸ਼ਨ ਹੋ ਜਾਏਗੀ ਪ੍ਰਿੰਸਸ ਅਕਾਊਂਟ ਡੈਬਿਟ ਟੂ ਪਰਚੇਜ਼ ਰਿਟਰਨ ਅਕਾਊਂਟ 10800 10800 ਓਕੇ ਨਰੇਸ਼ਨ ਤੁਹਾਨੂੰ ਮੈਂ ਬਾਰ ਬਾਰ ਦੱਸ ਚੁੱਕਿਆ ਹਾਂ ਬੀਇੰਗ ਗੁੱਡਸ ਰਿਟਰਨ ਟੂ ਪ੍ਰਿੰਸ ਵਰ ਰਿਕਾਰਡਡ ਐਸ 1200 ਇਨਸਟੀਡ ਆਫ 12000 ਨਾਉ ਰੈਕਟੀਫਾਈਡ ਗਲਤੀ ਨਾਲ ਕੀਤਾ ਗਿਆ ਸੀ ਹੁਣ ਠੀਕ ਹੋ ਗਿਆ ਇਹ ਆਓ ਅਗੇ ਵੱਧ ਫੋਰਥ ਐਂਟਰੀ ਜੋ ਗਲਤੀ ਹੋਈ ਹੈ ਬੁక్స్ ਦੇ ਵਿੱਚ ਗoods returned from aman rupees 10000 were recorded as 1000 1000 ਰੁਪਏ ਦੀਆਂ ਗoods ਅਮਨ ਨੇ ਵਾਪਸ ਕੀਤੀਆਂ ਸੇਲਜ਼ ਰਿਟਰਨ ਅਕਾਊਂਟ ਡੈਬਿਟ ਟੂ ਅਮਨ ਸੌਰੀ 10000 ਦੀਆਂ ਅਰਜ਼ੀ 1000 ਦਿਖਾਇਆ ਦਿਸ ਮੀਨਸ 9000 ਕਟ ਸ਼ੋਅ ਕਰ ਰਹੇ ਅਸੀਂ 9000 ਦੀ ਹੋਰ ਐਂਟਰੀ ਦਿਖਾ ਦਿੰਦੇ ਆ ਦੋਨੋਂ ਅਕਾਊਂਟ ਇਫੈਕਟਡ ਹੋ ਰਹੇ ਨੇ ਸੇਲਜ਼ ਰਿਟਰਨ ਅਕਾਊਂਟ ਡੈਬਿਟ ਹੋ ਅਮੰਸ ਅਕਾਊਂਟ ਏ ਸੀ ਸਟੂਡੈਂਟ ਉਹ ਰੈਕਟੀਫਿਕੇਸ਼ਨ ਜਿਹੜੀਆਂ ਦੋਨੋਂ ਅਕਾਊਂਟਸ ਨੂੰ ਇਫੈਕਟ ਕਰਦੀਆਂ ਨੇ ਅਮਾਉਂਟ ਕੱਟ ਸੀ ਅਸੀਂ ਜਿਨ੍ਹਾਂ ਦੀ ਨਾ ਅਮਾਉਂਟ ਕੱਟ ਸੀ ਉਹਨਾਂ ਹੋਰ ਦਿਖਾਤਾ ਇਰੈਕਟੀਫਿਕੇਸ਼ਨ ਹੋ ਗਈ ਕਲੀਅਰ 23 ਟਰੰਗ ਦੇ ਨਾਲ ਫਾਈਨਲੀ ਸਾਡਾ ਕੁਐਸਚਨ ਜੋ ਅਸੀਂ ਐਗਜ਼ਾਮ 'ਚ ਅਟੈਂਪਟ ਕਰਾਂਗੇ ਇਸ ਤਰ੍ਹਾਂ ਦਿਖੇਗਾ ਇਹ ਚਾਰੋਂ ਐਂਟਰੀਜ਼ ਦਾ ਅਸੀਂ ਨਾਰਮਲ ਜਰਨਲ ਐਂਟਰੀਜ਼ ਪਾਣੀਆਂ ਨੇ ਉਹ ਤੁਹਾਡੀ ਹੈਲਪ ਲਈ ਮੈਂ ਕੱਲੀ-ਕੱਲੀ ट्रांजैक्शन ਨੂੰ ਅਲੱਗ ਦਿਖਾਇਆ ਸੀ ਇਸ ਢੰਗ ਨਾਲ ਤੁਹਾਡੇ ਸਾਹਮਣੇ ਇਹ ਕੁਐਸਚਨ ਪੇਸ਼ ਹੋ ਜੇਗਾ ਜੋ ਸੀ ਐਗਜ਼ਾਮ ਚ ਕਰਕੇ ਨੇ ਟੂ ਸਾਈਡਡ 에ਰਰਸ ਨੇ ਸਾਰੀਆਂ ਦੀ ਸਾਰੀਆਂ ਇਸ ਕੁਐਸਚਨ ਦੇ ਵਿੱਚ ਉਹ ਅੱਗੇ ਵਧੀਏ ਇਸ ਤੋਂ ਪਹਿਲਾਂ ਇੱਕ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਬੜੀ ਜ਼ਰੂਰੀ ਬੱਚਿਆਂ ਦੇ ਮਨ 'ਚ ਆਮ ਆ ਜਾਂਦਾ ਜਦੋਂ ਪਲੱਸ 1 ਦੇ ਵਿੱਚ ਅਕਾਊਂਟੈਂਸੀ ਕਰਦੇ ਨੇ ਕਿ ਥੋੜੀ ਜਿਹੀ ਗਲਤੀ ਹੋਈ ਹੈ 1000 ਲਿਖਤਾ 10000 ਲਿਖਣਾ ਸੀ ਇੱਕ ਜ਼ੀਰੋ ਉੱਥੇ ਹੀ ਪਾ ਦਿੰਦੇ ਇਟਸ ਨਾਟ ਪੋਸੀਬਲ ਕਿਉਂਕਿ ਹਰ ਪੇਜ ਦੀ ਟੋਟਲਿੰਗ ਬੈਲੈਂਸ ਅੱਗੇ ਜਾਂਦੇ ਨੇ ਕਟਿੰਗ ਹੋ ਜਾਂਦੀ ਹੈ ਬੁక్స్ ਆਫ ਅਕਾਊਂਟਸ ਦੇ ਵਿੱਚ ਕਟਿੰਗ ਦਾ ਮਤਲਬ ਗਵਰਨਮੈਂਟ ਦੇ ਡਿਪਾਰਟਮੈਂਟਸ ਇਨਕਮ ਟੈਕਸ ਡਿਪਾਰਟਮੈਂਟ ਇਹਨਾਂ ਸਾਰਿਆਂ ਦੇ ਅਨੁਸਾਰ ਹੀ ਮੰਨਦਾ ਕਿ ਫਰਾਡ ਇਜ਼ देयर ਕਿਸੇ ਨੇ ਫਰਾਡ ਕੀਤਾ ਹੈ ਕਟਿੰਗ ਨਹੀਂ ਕੀਤੀ ਜਾਂਦੀ ਉਸ ਗਲਤੀ ਦਾ ਇਫੈਕਟ ਹੋਰ ਜਰਨਲ ਐਂਟਰੀਜ਼ ਪਾ ਕੇ ਲੈਜਰ ਅਕਾਊਂਟਸ ਦੇ ਵਿੱਚ ਪੋਸਟਿੰਗ ਕਰਕੇ ਫੇਰ ਠੇਕ ਕੀਤਾ ਜਾਂਦਾ ਹੈ ਪ੍ਰੋਬਲਮ ਨੰਬਰ 3 ਡਿਫਰੈਂਟ ਟਾਈਪ ਦੀ ਹੈ ਟ੍ਰਾਇਲ ਬੈਲੈਂਸ ਆਫ ਮੈਸੇਜ ਸ਼ਿੰਦੇ ਐਂਟਰਪ੍ਰਾਈਜ਼ ਡਿਡ ਨੋਟ ਐਗਰੀ ਉਹਨੋ ਗਲਤੀਆਂ ਨੇ ਜਦੋਂ ਟ੍ਰਾਇਲ ਬੈਲੈਂਸ ਮਿਲਿਆ ਨਹੀਂ ਹੈਗਾ ਇਹਦਾ ਮਤਲਬ ਅਸੀਂ ਹੁਣ ਜਿਹੜੀ ਪ੍ਰੋਬਲਮ ਕਰਾਂਗੇ ਇਹ ਟ੍ਰਾਇਲ ਬੈਲੈਂਸ ਬਣਾਉਣ ਤੋਂ ਬਾਅਦ ਗਲਤੀਆਂ ਸਾਨੂੰ ਮਿਲ ਰਹੀਆਂ ਨੇ ਟ੍ਰਾਇਲ ਬੈਲੈਂਸ ਮਿਲਿਆ ਨਹੀਂ ਜਦੋਂ ਟ੍ਰਾਇਲ ਬੈਲੈਂਸ ਨਹੀਂ ਮਿਲਦਾ ਇਹ ਪਹਿਲਾਂ ਵਾਲੀ ਵੀਡੀਓਜ਼ ਦੇ ਵਿੱਚ ਮੈਂ ਕਲੀਅਰ ਕੀਤਾ ਹੋਇਆ ਹੈ ਤਾਂ ਜੋ ਡਿਫਰੈਂਸ ਹੁੰਦਾ ਹੈ ਉਹ ਸਸਪੈਂਸ ਅਕਾਊਂਟ 'ਚ ਪਾ ਦਿੰਦੇ ਨੇ ਸੇਮ ਇਥੇ ਲਿਖਿਆ ਹੈ ਇਟ ਪuts ਅ ਡਿਫਰੈਂਸ ਟੂ ਦਾ ਸਸਪੈਂਸ ਅਕਾਊਂਟ ਜੋ ਡੈਬਿਟ ਤੇ ਕ੍ਰੈਡਿਟ ਬੈਲੈਂਸ ਡਿਫਰੈਂਸ ਆਇਆ ਸੀ ਕਿਉਂਕਿ ਟੋਟਲ ਨਹੀਂ ਮਿਲ ਰਾ ਟ੍ਰਾਇਲ ਬੈਲੈਂਸ ਦਾ ਸਸਪੈਂਸ rectify the following errors prepare the suspense account to ascertain the original difference in the trial balance errors pass out karo suspense account banao te naal jo trial balance difference kinna si oh dasso difference nahi deta ve is question is type da question vi aa sakda exam ch trial balance da difference nahi deta par dass da ki difference si te suspense account nu bana ta entries nu asi theek karange sanu pata lagjega ke jadon asi रेक्टिफिकेशन ਕਰਨੀਆਂ ਸ਼ੁਰੂ ਕੀਤੀਆਂ ਨੇ ਉਦੋਂ ਟ੍ਰਾਇਲ ਬੈਲੈਂਸ ਡਿਫਰੈਂਸ ਕਿੰਨਾ ਸੀ ਜਿਹਨੂੰ ਐਜ਼ ਅ ਸਸਪੈਂਸ ਅਕਾਊਂਟ ਦਿਖਾਇਆ ਗਿਆ ਸੀ ਆਓ ਆਪਾਂ ਇੱਕ ਇੱਕ ट्रांजैक्शन ਨੂੰ ਅਲੱਗ ਕਰਦੇ ਹਾਂ ਇਹ ਟੋਟਲ 4 ਗਲਤੀਆਂ ਨੇ ਜਿਹੜੀਆਂ ਬੁక్స్ ਆਫ ਅਕਾਊਂਟਸ ਮਿਲੀਆਂ ਨੇ ਦੇਖਦੇ ਹਾਂ ਇਹਨਾਂ ਦੇ ਬਾਰੇ ਆਓਗੇ ਵਧੀਆ ਸਭ ਤੋਂ ਪਹਿਲੀ ट्रांजैक्शन ਕੀ ਸੀ ਅਮਾਉਂਟ ਪੇਡ ਫੋਰ ਦਾ ਇੰਸਟਾਲੇਸ਼ਨ ਆਫ ਮਸ਼ੀਨਰੀ ਰੁਪੀਸ 10000 ਵਾਸ ਪੋਸਟਡ ਟੂ ਦਾ ਰਿਪੇਅਰ ਐਂਡ ਮੇਨਟੇਨੈਂਸ ਅਕਾਊਂਟ ਮਸ਼ੀਨਰੀ ਇੰਸਟਾਲ ਕਰੀਤੀ 10000 ਉਹਦੀ ਇੰਸਟਾਲੇਸ਼ਨ ਤੇ ਲਾਗਤ ਆਈ ਐਂਟਰੀ ਹੋਣੀ ਚਾਹੀਦੀ ਮਸ਼ੀਨਰੀ ਅਕਾਊਂਟ ਡੈਬਿਟ ਮਸ਼ੀਨਰੀ ਅਕਾਊਂਟ ਡੈਬਿਟ ਦੀ ਥਾਂ ਤੇ ਪੋਸਟਿੰਗ ਦਾ ਮਤਲਬ ਹੁੰਦਾ ਹੈ ਲੈਜਰ ਪੋਸਟਿੰਗ ਰਿਪੇਅਰ ਐਂਡ ਮੇਨਟੇਨੈਂਸ ਅਕਾਊਂਟ ਚ ਪੋਸਟਿੰਗ ਕਰਤੀ ਕਰਨੀ ਕਿਨੂੰ ਚਾਹੀਦੀ ਸੀ ਮਸ਼ੀਨਰੀ ਅਕਾਊਂਟ ਨੂੰ ਆਓ ਇਹਦੇ ਬਾਰੇ ਮੈਂ ਤੁਹਾਨੂੰ ਕਲੀਅਰ ਕਰਾਂ ਜੋ ਕਰਨੀ ਚਾਹੀਦੀ ਸੀ ਉਹ ਕਰ ਦੋ ਜੋ ਗਲਤ ਕਰਤਾ ਉਹਦਾ ਇਫੈਕਟ ਠੀਕ ਕਰ ਦੋ ਇਫੈਕਟ ਕਿਵੇਂ ਠੀਕ ਹੁੰਦਾ ਹੈ ਡੀਅਰ ਸਟੂਡੈਂਟਸ ਸੁਣੋ ਕੋਈ ਅਕਾਊਂਟ ਡੈਬਿਟ ਕਰਤਾ ਗਲਤੀ ਨਾਲ ਉਹਨੂੰ ਕ੍ਰੈਡਿਟ ਕਰ ਦੋ ਜੇ ਕ੍ਰੈਡਿਟ ਕਰਤਾ ਤਾਂ ਉਹਨੂੰ ਡੈਬਿਟ ਕਰ ਦੋ ਮਸ਼ੀਨਰੀ ਅਕਾਊਂਟ ਦੇ ਵਿੱਚ ਇੰਸਟਾਲੇਸ਼ਨ ਦਾ ਖਰਚਾ ਹੁੰਦਾ ਕਿਸੇ ਵੀ ਫਿਕਸ ਐਸੈਟ ਨੂੰ ਇੰਸਟਾਲ ਕਰਨ ਤੇ ਜੇਕਰ ਉਹਦੀ ਲਗਾਨ ਤੇ ਖਰਚਾ ਹੁੰਦਾ ਤਾਂ ਉਸ ਉਸ ਐਸੈਟ ਦੀ ਕੋਸਟ ਦਾ ਹਿੱਸਾ ਹੁੰਦਾ ਸੋ ਮਸ਼ੀਨਰੀ ਅਕਾਊਂਟ ਡੈਬਿਟ ਹੋਣਾ ਚਾਹੀਦਾ ਸੀ ਅਸੀਂ ਮਸ਼ੀਨਰੀ ਅਕਾਊਂਟ ਡੈਬਿਟ ਕਰਤਾ ਗਲਤੀ ਨਾਲ ਉਹਨੇ ਕਿਨੂੰ ਪੋਸਟ ਕੀਤਾ ਜਾ ਕੇ ਰਿਪੇਅਰ ਐਂਡ ਮੇਨਟੇਨੈਂਸ ਅਕਾਊਂਟ ਨੂੰ ਤਾਂ ਰਿਪੇਅਰ ਐਂਡ ਮੇਨਟੇਨੈਂਸ ਜੋ ਅਕਾਊਂਟ ਹੈ ਅਸੀਂ ਉਸ ਅਕਾਊਂਟ ਨੂੰ ਇਸ ਐਂਟਰੀ ਦੇ ਵਿੱਚ ਕ੍ਰੈਡਿਟ ਕਰਤਾ ਐਂਟਰੀ ਕੀ ਬਣ ਗਈ ਮਸ਼ੀਨਰੀ ਅਕਾਊਂਟ ਡੈਬਿਟ to repair and maintenance account 10000 10000 being rectification of wrong journal entry jo wrong posting honi chindi si wrong posting in a repair and maintenance account journal entry likhna wrong posting clear second total of purchases book 50000 was not posted to ledger purchase book da total 50000 si ledger de vich posting nahi kiti ਪਰਚੇਸ ਬੁੱਕ ਦਾ ਸਟੂਡੈਂਟਸ ਜੋ ਟੋਟਲ ਹੁੰਦਾ ਹੈ ਉਹ ਪਰਚੇਸ ਅਕਾਊਂਟਸ ਚਲਾ ਜਾਂਦਾ ਹੈ ਸਮਝ ਲੱਗ ਗਿਆ ਉਹਨੇ ਪੋਸਟ ਨਹੀਂ ਕੀਤਾ ਤਾਂ ਅਸੀਂ ਪਰਚੇਸ ਅਕਾਊਂਟ ਨੂੰ ਡੈਬਿਟ ਕਰ ਦਾਂਗੇ ਕਿਉਂਕਿ ਪਰਚੇਸ ਅਕਾਊਂਟ ਹਮੇਸ਼ਾ ਡੈਬਿਟ ਹੁੰਦਾ ਜਦੋਂ ਪਰਚੇਸ ਕੀਤੀ ਜਾਂਦੀ ਹੈ ਪਰਚੇਸਿਸ ਅਕਾਊਂਟ ਹੈਬਿਟ ਪਰ ਕਿਉਂਕਿ ਸਿਰਫ ਇੱਕ ਲੈਜਰ ਅਕਾਊਂਟ ਦੇ ਵਿੱਚ ਇਫੈਕਟ ਪਿਆ ਤਾਂ ਦੂਸਰਾ ਇਫੈਕਟ ਕਿਸ ਤੇ ਪੈਂਦਾ ਹੁੰਦਾ ਸਸਪੈਂਸ ਅਕਾਊਂਟ ਤੇ ਇਹ ਧਿਆਨ ਰੱਖਿਓ ਪਰਚੇਸਿਸ ਅਕਾਊਂਟ ਡੈਬਿਟ ਟੂ ਸਸਪੈਂਸ ਅਕਾਊਂਟ ਇਸ ਤੋਂ ਪਹਿਲਾਂ ਵਾਲੀ ਵੀਡੀਓ ਚ ਸਸਪੈਂਸ ਅਕਾਊਂਟ ਨੂੰ ਕਿਵੇਂ ਯੂਜ਼ ਕਰਦੇ ਮੈਂ ਦੱਸਿਆ ਸੀ ਇਹਦੇ ਬਾਰੇ ਮੈਂ ਦੱਸਦਾ ਜਦੋਂ ਵੀ ਟ੍ਰਾਇਲ ਬੈਲੈਂਸ ਬਣ ਚੁੱਕੇ ਹੈ ਸਸਪੈਂਸ ਅਕਾਊਂਟ ਯੂਜ਼ ਹੋ ਰਿਹਾ ਜੇਕਰ ਡੈਬਿਟ ਜਾਂ ਕ੍ਰੈਡਿਟ ਸਾਈਡ ਦੇ ਉੱਤੇ ਸੇਮ ਅਮਾਉਂਟ ਨਾਲ ਗਲਤੀ ਨਹੀਂ ਹੋ ਰਹੀ ਜੋ ਡਿਫਰੈਂਸ ਹੈ ਤਾਂ ਉਹ ਸਸਪੈਂਸ ਅਕਾਊਂਟ ਨੂੰ ਪਾ ਦਿੰਦੇ ਨੇ ਚਾਹੇ ਡੈਬਿਟ ਕਰਨਾ ਪਵੇ ਜਾਂ ਕ੍ਰੈਡਿਟ ਜਿਵੇਂ ਇੱਥੇ ਸਿਰਫ ਪਰਚੇਸ ਅਕਾਊਂਟ ਚ ਗਲਤੀ ਸੀ ਪਰਚੇਸਿਸ ਅਕਾਊਂਟ ਡੈਬਿਟ ਟੂ ਸਸਪੈਂਸ ਅਕਾਊਂਟ 50000 ਕਿਉਂਕਿ ਕ੍ਰੈਡਿਟ ਕਿਸੇ ਅਕਾਊਂਟ ਤੇ ਇਫੈਕਟ ਨਹੀਂ ਸੀ ਗਲਤ being rectification of omission on the post the total of purchase book in the ledger purchase book ਦਾ ਜੋ ਲੈਜਰ ਦੇ ਵਿੱਚ ਪੋਸਟਿੰਗ ਹੋਣੀ ਸੀ ਸਾਡੇ ਉਸ ਤੋਂ ਭੁੱਲ ਹੋ ਗਈ ਤਾਂ ਉਸੇ ਹੁਣ ਕਰ ਦਾਂਗੇ ਕੀਤਾ ਨਹੀਂ ਸੀ ਪਰਚੇਸ ਅਕਾਊਂਟ ਡੈਬਿਟ ਟੂ ਸਸਪੈਂਸ ਅਕਾਊਂਟ ਕਲੀਅਰ आओਗੇ ਬਈ ਨੈਕਸਟ ਵਨ ਗoods return to john rupees 3000 were recorded in sales book आओ ਇਹਨੂੰ ਸਮਝੀਏ ਜੋਨ ਨੂੰ ਅਸੀਂ 3000 ਦੀਆਂ ਗੁੱਡਸ ਵਾਪਿਸ ਕੀਤੀਆਂ ਧਿਆਨ ਨਾਲ ਸੁਣੋ ਮੇਰੀ ਗੱਲ ਜਦੋਂ ਗੁੱਡਸ ਵਾਪਿਸ ਕੀਤੀਆਂ ਨੇ ਦਿਸ ਮੀਨਸ ਪਰਚੇਸ ਰਿਟਰਨ ਹੈ ਪਰ ਅਸੀਂ ਕੀ ਕੀਤਾ ਵਰ ਰਿਕੋਰਡਡ ਇਨ ਸੇਲਸ ਬੁੱਕ ਸੇਲਸ ਬੁੱਕ 'ਚ ਕਰਤੀ ਬੜਾ ਗਲਤ ਕੰਮ ਹੋ ਗਿਆ ਸੇਲ ਬੁੱਕ ਦਾ ਮਤਲਬ ਸੇਲ ਅਕਾਊਂਟ ਹੁੰਦਾ ਹੈ ਸੇਲ ਅਕਾਊਂਟ ਕ੍ਰੈਡਿਟ ਹੁੰਦਾ ਹੈ ਗਲਤ ਕੀਤਾ ਤਾਂ ਸੇਲ ਅਕਾਊਂਟ ਨੂੰ ਡੈਬਿਟ ਕਰ ਦਾਂਗੇ ਜਦੋਂ ਅਸੀਂ ਗੁੱਡਸ ਰਿਟਰਨ ਕਰਦੇ ਆ ਉਹਨੂੰ ਕਹਿੰਦੇ ਨੇ ਪਰਚੇਸ ਰਿਟਰਨ ਜਦੋਂ ਵੀ ਗੁੱਡਸ ਵਾਪਸ ਕੀਤੇ ਜਾਂਦੇ ਨੇ ਪਰਚੇਜ਼ ਰਿਟਰਨ ਅਕਾਊਂਟ 크ਰੈਡਿਟ ਹੁੰਦਾ ਉਹ ਕੀਤਾ ਨਹੀਂ ਤਾਂ ਹੁਣ ਕਰ ਦਾਂਗੇ ਸੇਲਜ਼ ਅਕਾਊਂਟ ਨੂੰ ਡੈਬਿਟ ਕਰਤਾ ਕਿਉਂਕਿ ਸੇਲ ਬੁੱਕ ਦੇ ਵਿੱਚ ਅਸੀਂ ਗਲਤ ਐਂਟਰੀ ਕਰਤੀ ਸੀ ਉਹਦੇ ਵਿੱਚ ਨਹੀਂ ਰਿਕਾਰਡ ਕਰਨਾ ਚਾਹੀਦਾ ਸੀ ਪਰਚੇਜ਼ ਰਿਟਰਨ 'ਚ ਹੋਣਾ ਚਾਹੀਦਾ ਸੀ ਪਰਚੇਜ਼ ਰਿਟਰਨ ਅਕਾਊਂਟ ਨੂੰ 크ਰੈਡਿਟ ਕਰਤਾ ਹੁਣ ਦੇਖੋ ਦੋ ਅਕਾਊਂਟ ਹੈਗੇ ਜਿਹੜੇ ਇਫੈਕਟਡ ਹੋਏ ਨੇ ਤਾਂ ਸਸਪੈਂਸ ਅਕਾਊਂਟ ਯੂਜ਼ ਨਹੀਂ ਹੋਇਆ ਸੇਮ ਅਮਾਊਂਟ ਹੈ ਦੋਨੋਂ ਪਾਸੇ 3000 3000 ਧਿਆਨ ਨਾਲ ਸੋਚੋ goods return ਕੀਤੀਆਂ zone ਨੂੰ entry ਵੈਸੇ ਹੋਣੀ ਕੀ ਚਾਹੀਦੀ ਸੀ ਧਿਆਨ ਨਾਲ ਸੋਚ ਕੇ ਦੇਖੋ zone account debit to purchase return ਅਸੀਂ zone ਦੀ ਕੋਈ ਗੱਲ ਨਹੀਂ ਹੈਗੀ ਜਿਸ ਅਕਾਊਂਟ ਦੇ ਬਾਰੇ ਕੁਝ ਨਹੀਂ ਕਿਹਾ ਤਾਂ ਇਹ ਮੰਨਿਆ ਜਾਂਦਾ ਕਿ ਉਹਦੇ ਨਾਲ ਠੀਕ ਟ੍ਰੀਟਮੈਂਟ ਕੀਤਾ ਗਿਆ ਚਾਕੇ ਸੇਲ ਬੁੱਕ ਦੇ ਵਿੱਚ ਰਿਕਾਰਡ ਕਰਦੀ ਹੋਣੀ ਚਾਹੀਦੀ ਸੀ ਪਰਚੇਜ਼ ਰਿਟਰਨ ਸੇਲ ਅਕਾਊਂਟ ਡੈਬਿਟ ਕਰ ਦਾਂਗੇ ਕਿਉਂਕਿ ਉਹ ਗਲਤ ਕ੍ਰੈਡਿਟ ਹੋ ਗਈ ਸੀ ਤੇ ਪਰਚੇਜ਼ ਰਿਟਰਨ ਕ੍ਰੈਡਿਟ ਹੋਣਾ ਚਾਹੀਦਾ ਸੀ ਤਾਂ ਕ੍ਰੈਡਿਟ ਕਰਦਾ 4th entry salary paid to ram 6000 was debited to his personal account ਜਦੋਂ ਵੀ ਖਰਚਾ ਦਿੱਤਾ ਜਾਂਦਾ ਕਿਸੇ ਵਿਅਕਤੀ ਨੂੰ ਸੈਲਰੀ ਹੈ ਰੈਂਟ ਹੈ ਤਾਂ ਉਸ ਪਰਸਨ ਦਾ ਨਾਮ ਕਦੇ ਵੀ ਨਹੀਂ ਆਉਂਦਾ ਉਹ ਖਰਚੇ ਦਾ ਹੈਡ ਯੂਜ਼ ਹੁੰਦਾ ਤੇ ਸਾਰੇ ਐਕਸਪੈਂਸਿਸ ਡੈਬਿਟ ਹੁੰਦੇ ਨੇ ਨੋਮੀਨਲ ਅਕਾਊਂਟ ਦੇ ਅਨੁਸਾਰ ਤੁਹਾਨੂੰ ਪਤਾ ਹੋਵੇਗਾ ਸੈਲਰੀ ਪੇ ਕੀਤੀ ਰਾਮ ਨੂੰ 6000 ਅਸੀਂ ਕੀ ਕੀਤਾ ਇਸ ਬਿਜ਼ਨਸ ਮੈਨ ਦੀਆਂ ਬੁਕਸ ਦੇ ਵਿੱਚ ਕੀ ਹੋਇਆ ਹੈ ਉਸ ਦੇ ਪਰਸਨਲ ਅਕਾਊਂਟ ਨੂੰ ਡੈਬਿਟ ਕਰਤਾ ਉਥੇ ਬੁੱਕਸ 'ਚ ਲਿਖਦਾ ਰਾਮ ਅਕਾਊਂਟ ਡੈਬਿਟ ਹੋਣਾ ਕੀ ਚਿੰਦਾ ਸੀ ਸੈਲਰੀ ਅਕਾਊਂਟ ਡੈਬਿਟ ਖਰਚ ਹੈ ਸੈਲਰੀ ਅਕਾਊਂਟ ਡੈਬਿਟ ਰਾਮ ਜਿਹੜਾ ਗਲਤ ਡੈਬਿਟ ਕਰਤਾ ਸੀ ਉਹਨੂੰ ਕ੍ਰੈਡਿਟ ਕਰਤਾ ਸੈਲਰੀ ਅਕਾਊਂਟ ਡੈਬਿਟ ਟੂ ਰਾਮਸ ਅਕਾਊਂਟ ਇਹ ਰੈਕਟੀਫਿਕੇਸ਼ਨ ਹੋ ਗਈ ਜੀ ਅਸੀਂ ਬੁੱਕਸ ਆਫ ਅਕਾਊਂਟਸ ਦੇ ਵਿੱਚ ਡੈਪ੍ਰੀਸੀਏਸ਼ਨ ਅ ਰਿਟਰਨ ਆਫਨ ਫਰਨੀਚਰ ਰੁਪੀਏ 500 ਵਾਸ ਨੋਟ ਪੋਸਟ ਟੂ ਫਰਨੀਚਰ ਅਕਾਊਂਟ ਇਹ ਧਿਆਨ ਨਾਲ ਸਮਝੋ ਜਦੋਂ ਵੀ ਕਿਸੇ ਫਿਕਸ ਐਸੈਟ ਦੇ ਉੱਤੇ ਡੈਪ੍ਰੀਸੀਏਸ਼ਨ ਚਾਰਜ ਕੀਤੀ ਜਾਂਦੀ ਹੈ ਤਾਂ ਉਹਦੇ ਨਾਲ ਉਸ ਫਿਕਸ ਐਸੈਟ ਦੀ ਜਿਹੜੀ ਵੈਲਿਊ ਹੈ ਘਟ ਜਾਂਦੀ ਹੈ ਤਾਂ ਆਮ ਐਂਟਰੀ ਹੋਇਆ ਕਰਦੀ ਹੈ ਡੈਪ੍ਰੀਸੀਏਸ਼ਨ ਅਕਾਊਂਟ ਡੈਬਿਟ ਜੇ ਫਰਨੀਚਰ ਸੀ ਤਾਂ ਟੂ ਫਰਨੀਚਰ ਡੈਪ੍ਰੀਸੀਏਸ਼ਨ ਇਜ਼ ਅ ਲਾਸ ਫਰਨੀਚਰ ਕਿਉਂਕਿ ਡੈਬਿਟ ਹੁੰਦਾ ਹੈ ਬਿਜ਼ਨਸ ਦੀ ਐਸੈਟ ਹੈ ਜਦੋਂ ਡੈਪ੍ਰੀਸੀਏਸ਼ਨ ਹੋਈ ਤਾਂ ਉਹਦੀ ਵੈਲਿਊ ਘਟੀ ਤਾਂ ਫਰਨੀਚਰ ਨੂੰ ਕੀ ਕਰਦਾਂਗੇ ਕ੍ਰੈਡਿਟ ਐਂਟਰੀ ਹੋਣੀ ਚਾਹੀਦੀ ਸੀ ਡੈਪ੍ਰੀਸੀਏਸ਼ਨ ਅਕਾਊਂਟ ਡੈਬਿਟ ਟੂ ਫਰਨੀਚਰ ਉਸਨੇ ਕੀ ਕੀਤਾ ਡੈਪ੍ਰੀਸੀਏਸ਼ਨ ਰਿਟਰਨ ਆਫ ਓਨ ਫਰਨੀਚਰ 500 ਵਾਸ ਨੋਟ ਪੋਸਟ ਟੂ ਫਰਨੀਚਰ ਅਕਾਊਂਟ ਇਹਦਾ ਮਤਲਬ ਡੈਪ੍ਰੀਸੀਏਸ਼ਨ ਦੇ ਬਾਰੇ ਬਿਲਕੁਲ ਸਾਇਲੈਂਟ ਹੈ ਫਰਨੀਚਰ ਅਕਾਊਂਟ ਚ ਪੋਸਟਿੰਗ ਨਹੀਂ ਕੀਤੀ ਕੱਲੇ ਫਰਨੀਚਰ ਅਕਾਊਂਟ ਚ ਤਾਂ ਅਸੀਂ ਫਰਨੀਚਰ ਅਕਾਊਂਟ ਚ ਕਰ ਦਨੇ 2 ਫਰਨੀਚਰ ਅਕਾਊਂਟ ਕ੍ਰੈਡਿਟ ਹੋ ਗਿਆ 500 ਬਟ ਕਿਉਂਕਿ ਇਹ ਹੈ ਗਲਤੀਆਂ ਟ੍ਰਾਇਲ ਬੈਲੈਂਸ ਬਣਾਉਣ ਤੋਂ ਬਾਅਦ ਮਿਲ ਰਹੀਆਂ ਨੇ ਸਸਪੈਂਸ ਅਕਾਊਂਟ ਐਗਜ਼ਿਸਟ ਕਰ ਰਹੇ ਤਾਂ ਸਸਪੈਂਸ ਅਕਾਊਂਟ ਡੈਬਿਟ ਹੋਏਗਾ ਕਿਉਂਕਿ ਡੈਬਿਟ ਕੋਈ ਗਲਤੀ ਨਹੀਂ ਹੋਈ ਤਾਂ ਸਸਪੈਂ ਸਟੂਡੈਂਟ ਜੇ ਸਸਪੈਂਸ ਅਕਾਊਂਟ ਐਗਜ਼ਿਸਟ ਨਾ ਹੋ ਗਰਦਾ ਟ్రਾਇਲ ਬੈਲੈਂਸ ਬਣਾਉਣ ਤੋਂ ਪਹਿਲਾਂ ਦੀ ਗਲਤੀ ਹੁੰਦੀ ਫਿਰ ਅਸੀਂ ਕੀ ਕਰਨਾ ਸੀ ਤੁਹਾਨੂੰ ਮੈਂ ਦੱਸਦਾ ਫਰਨੀਚਰ ਅਕਾਊਂਟ ਬਣਾਉਂਦੇ ਉਹਦੀ ਕ੍ਰੈਡਿਟ ਸਾਈਡ ਤੇ 500 ਰੁਪੀ ਦਿਖਾ ਦਿੰਦੇ ਜਿਵੇਂ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਦਿਖਾਇਆ ਹੈ ਬਿਫੋਰ ਟ్రਾਇਲ ਬੈਲੈਂਸ ਪਰ ਟ్రਾਇਲ ਬੈਲੈਂਸ ਬਣਾਉਣ ਤੋਂ ਬਾਅਦ ਜੇਕਰ ਸਸਪੈਂਸ ਅਕਾਊਂਟ ਐਗਜ਼ਿਸਟ ਕਰ ਰਿਹਾ ਤਾਂ ਸੈਕੰਡ ਇਫੈਕਟ ਆ ਸੀ ਸਸਪੈਂਸ ਤੇ ਸ਼ੋ ਕਰਦੇ ਹੈ ਕਲੀਅਰ ਹੋ ਗਿਆ ਵੀ ਹੁਣੇ ਲਗਾ ਸਰ ਪੰਜ ਐਂਟਰੀ ਸੀ ਇਹਨਾਂ ਦੇ ਵਿੱਚ ਸਿਰਫ ਦੋ ਐਂਟਰੀਜ਼ ਤੁਸੀਂ ਦੇਖਿਆ ਹੋਵੇਗਾ ਆਈਆਂ ਨੇ ਜਿਨ੍ਹਾਂ ਚ ਸਸਪੈਂਸ ਅਕਾਊਂਟ ਹੈ ਪਰਚੇਸਿਸ ਅਕਾਊਂਟ ਡੈਬਿਟ ਟੂ ਸਸਪੈਂਸ ਇੱਕ ਸੈਕੰਡ ਐਂਟਰੀ ਸੀ ਇੱਕ ਲਾਸਟ ਆਈ ਸਸਪੈਂਸ ਅਕਾਊਂਟ ਡੈਬਿਟ ਟੂ ਫਰਨੀਚਰ ਫਿਰ ਸਸਪੈਂਸ ਅਕਾਊਂਟ ਕੀਮੇ ਬਣਾਣਾ ਹੈ ਆ ਦੇਖੋ ਤੁਹਾਡੇ ਸਾਹਮਣੇ ਲੈਜਰ ਅਕਾਊਂਟ ਬਣਿਆ ਹੈ ਸਸਪੈਂਸ ਅਕਾਊਂਟ ਸਭ ਤੋਂ ਪਹਿਲਾਂ ਸੈਕੰਡ ਐਂਟਰੀ ਦੇਖੋ ਪਰਚੇਸਿਸ ਅਕਾਊਂਟ ਡੈਬਿਟ ਟੂ ਸਸਪੈਂਸ ਸਸਪੈਂਸ ਨੂੰ ਕ੍ਰੈਡਿਟ ਕੀਤਾ ਗਿਆ ਤਾਂ ਕ੍ਰੈਡਿਟ ਸਾਈਡ ਤੇ ਪੋਸਟਿੰਗ ਕਰਤੀ ਬਾਏ ਪਰਚੇਸਿਸ ਅਕਾਊਂਟ 50000 ਦੂ रेक्टिफाइड एंट्री ਦੇ ਅਨੁਸਾਰ ਡੈਬਿਟ ਹੋਇਆ ਤਾਂ ਡੈਬਿਟ ਸਾਈਡ ਤੇ ਪੋਸਟਿੰਗ ਹੋ ਗਈ 2 ਫਰਨੀਚਰ ਅਕਾਊਂਟ 500 ਉਹਨੇ ਦੀ ਬੈਲੈਂਸਿੰਗ ਕਰੀਏ 50000 ਇਧਰ ਸਿਰਫ 500 ਬੈਲੈਂਸ ਕਿੰਨਾ ਆ ਗਿਆ 49500 49500 ਅ ਇਅਰ ਡਿਫਰੈਂਸ ਐਸ ਪਰ ਟ੍ਰਾਇਲ ਬੈਲੈਂਸ ਟੂ ਇਥੇ ਲਿਖ ਸਕਦੇ ਆ ਨਾਲ ਟੂ ਡਿਫਰੈਂਸ ਐਸ ਪਰ ਟ੍ਰਾਇਲ ਬੈਲੈਂਸ ਇਹਦਾ ਮਤਲਬ ਹੈ ਸਸਪੈਂਸ ਅਕਾਊਂਟ ਦਾ ਬੈਲੈਂਸ ਸੀ ਜਿਹੜਾ ਟ੍ਰਾਇਲ ਬੈਲੈਂਸ ਦੇ ਵਿੱਚ ਐਗਜ਼ਿਸਟ ਕਰਦਾ ਸੀ ਕਿਉਂਕਿ ਕੁਐਸਚਨ ਚ ਪੁੱਛਿਆ ਸੀ ਸਸਪੈਂਸ ਅਕਾਊਂਟ ਦਾ ਬੈਲੈਂਸ ਪਤਾ ਕਰੋ ਕਿੰਨਾ ਸੀ ਅਸੀਂ ਬੈਲੈਂਸ ਪਤਾ ਕਰਤਾ ਇਹ ਐਟ ਦਾ ਐਂਡ ਨਹੀਂ ਜਦੋਂ ਅਸੀਂ ਗਲਤੀਆਂ ਨੂੰ ਰੈਕਟੀਫਾਈ ਕਰਨਾ ਸ਼ੁਰੂ ਕੀਤਾ ਸਟਾਰਟਿੰਗ ਦਾ ਹੀ ਬੈਲੈਂਸ ਹੈ ਕਲੀਅਰ ਜੇ ਐਟ ਦਾ ਐਂਡ ਹੁੰਦਾ ਫਿਰ ਅਸੀਂ ਬੈਲੈਂਸ ਨੂੰ ਨੀਚੇ ਲਿਖਦੇ ਸਾਰੀਆਂ ਟ੍ਰਾਂਜੈਕਸ਼ਨ ਤੋਂ ਬਾਅਦ ਇਧਰ ਜਾ ਇਧਰ ਜਿਹੜਾ ਵੀ ਹੋਣਾ ਚਾਹੀਦਾ ਸੀ ਇਸ ਢੰਗ ਦੇ ਨਾਲ ਅਸੀਂ 100 ਕੁਐਸਚਨ ਦਾ ਆਨਸਰ ਕਰਤਾ ਕਿ 49500 ਸਸਪੈਂਸ ਅਕਾਊਂਟ ਦਾ ਟ੍ਰਾਇਲ ਬੈਲੈਂਸ ਦੇ ਵਿੱਚ ਬੈਲੈਂਸ ਡਿਫਰੈਂਸ ਆ ਰਿਹਾ ਸੀ ਜਿਹਨੂੰ ਸਸਪੈਂਸ ਅਕਾਊਂਟ ਨੂੰ ਦਿਖਾਤਾ ਇਸ ਕੁਐਸਚਨ ਦੇ ਅਨੁਸਾਰ ਇੱਕ ਬੜਾ ਇੰਪੋਰਟੈਂਟ ਗੱਲ ਇੰਪੋਰਟੈਂਟ ਅਬਾਊਟ ਬੈਲੈਂਸ ਐਸ ਐਕਸੈਸ ਡੈਬਿਟ অর ਐਕਸੈਸ ਕ੍ਰੈਡਿਟ ਇਨ ਟ੍ਰਾਇਲ ਬੈਲੈਂਸ ਟ੍ਰਾਇਲ ਬੈਲੈਂਸ ਦੇ ਸ਼ਬਦ ਆਮ ਲਿਖੇ ਹੋਏ ਹੁੰਦੇ ਨੇ ਟ੍ਰਾਇਲ ਬੈਲੈਂਸ ਦੇ ਬਾਰੇ ਜਦੋਂ ਅਸੀਂ ਰੈਕਟੀਫਿਕੇਸ਼ਨ ਦੇ ਕੁਐਸਚਨ ਕਰਦੇ ਹਾਂ ਕਿ ਡੈਬਿਟ ਐਕਸੈਸ ਸੀ ਜਾਂ ਕ੍ਰੈਡਿਟ ਐਕਸੈਸ ਸੀ ਜਾਂ ਤਾਂ ਡੈਬਿਟ ਬੈਲੈਂਸ ਦਾ ਜਾਂ ਡੈਬਿਟ ਟੋਟਲ ਜ਼ਿਆਦਾ ਦਿਖਾਇਆ ਗਿਆ ਜਾਂ ਕ੍ਰੈਡਿਟ ਟੋਟਲ ਘੱਟ ਆ ਰਿਹਾ ਸੀ ਜਾਂ ਜ਼ਿਆਦਾ ਆ ਰਿਹਾ ਸੀ ਤਾਂ ਅਸੀਂ ਉਥੇ ਸਸਪੈਂਸ ਅਕਾਊਂਟ ਪਾ ਦਿੰਦੇ ਹਾਂ ਉਸ ਹਾਲਤ ਸਸਪੈਂਸ ਅਕਾਊਂਟ ਦਾ ਬੈਲੈਂਸ ਕਿਹੜਾ ਬੈਲੈਂਸ ਹੁੰਦਾ ਡੈਬਿਟ ਹੁੰਦਾ ਜਾਂ ਕ੍ਰੈਡਿਟ ਆਓ ਇਹਦੇ ਬਾਰੇ ਦੱਸਾਂ ਬੜੀ ਇੰਪੋਰਟੈਂਟ ਗੱਲ ਹੈ ਇਫ ਡੈਬਿਟ ਟੋਟਲ অর ਬੈਲੈਂਸ ਇਜ਼ ਐਕਸੈਸ ਇਨ ਟ੍ਰਾਇਲ ਬੈਲੈਂਸ ਦੈਨ ਵੀ ਪੁੱਟ ਦਾ ਡਿਫਰੈਂਸ ਐਸ ਸਸਪੈਂਸ ਅਕਾਊਂਟ ਕ੍ਰੈਡਿਟ ਟੋਟਲ অর ਬੈਲੈਂਸ ਸਾਈਡ ਇਨ ਟ੍ਰਾਇਲ ਬੈਲੈਂਸ ਐਂਡ ਥੈਟ ਬੈਲੈਂਸ ਇਜ਼ ਨੋਨ ਐਸ ਕ੍ਰੈਡਿਟ ਬੈਲੈਂਸ ਆਫ ਸਸਪੈਂਸ ਅਕਾਊਂਟ ਕਲੀਅਰ ਸੁਨੋ ਮੇਰੀ ਗੱਲ ਜੇਕਰ ਟ੍ਰਾਇਲ ਬੈਲੈਂਸ ਜਿਹੜਾ ਸਾਈਡ ਸੀ ਜਾਂ ਡੈਬਿਟ ਬੈਲੈਂਸ ਸੀ ਉਹ ਐਕਸੈਸ ਸੀ ਤਾਂ ਸਾਨੂੰ ਕ੍ਰੈਡਿਟ ਸਾਈਡ ਦੇ ਸਸਪੈਂਸ ਅਕਾਊਂਟ ਪਾ ਕੇ ਬੈਲੈਂਸ ਮਿਲਾਣੇ ਪੈਂਦੇ ਨੇ ਉਸ ਹਾਲਤ ਸਸਪੈਂਸ ਅਕਾਊਂਟ ਦਾ ਬੈਲੈਂਸ ਕ੍ਰੈਡਿਟ ਮੰਨਿਆ ਜਾਂਦਾ ਜੇਕਰ ਕ੍ਰੈਡਿਟ ਐਕਸੈਸ ਹੋਵੇ ਜਿਵੇਂ ਸੈਕੰਡ ਮੈਂ ਲਿਖਿਆ ਇਫ ਦਾ ਕ੍ਰੈਡਿਟ ਸਾਈਡ ਇਜ਼ ਐਕਸੈਸ ਇਨ ਟ੍ਰਾਇਲ ਬੈਲੈਂਸ ਤਾਂ ਫਿਰ ਸਸਪੈਂਸ ਅਕਾਊਂਟ ਦਾ ਡੈਬਿਟ ਸਾਈਡ ਤੇ ਬੈਲੈਂਸ ਪਾਣਾ ਪੈਂਦਾ ਤਾਂ ਉਸ ਹਾਲਤ ਸਸਪੈਂਸ ਅਕਾਊਂਟ ਦਾ ਬੈਲੈਂਸ ਡੈਬਿਟ ਮੰਨਿਆ ਜਾਂਦਾ ਸਿੱਧੀ ਗੱਲ ਹੈ ਟ੍ਰਾਇਲ ਬੈਲੈਂਸ ਦੇ ਵਿੱਚ ਸਸਪੈਂਸ ਅਕਾਊਂਟ ਦਾ ਬੈਲੈਂਸ ਜਿੱਥੇ ਵੀ ਡਿਫਰੈਂਸ ਘਟ ਆ ਰਿਹਾ ਉੱਥੇ ਲਿਖਿਆ ਜਾਂਦਾ ਜਿਸ ਸਾਈਡ ਤੇ ਲਿਖਿਆ ਜਾਂਦਾ ਉਹ ਹੀ ਉਹ ਬੈਲੈਂਸ ਡੈਬਿਟ ਜਾਂ ਕ੍ਰੈਡਿਟ ਹੁੰਦਾ ਜਿਸ ਸਾਈਡ ਤੇ ਵੀ ਉਹਨੂੰ ਲਿਖਣਾ ਹੈ ਕਲੀਅਰ ਆਓ ਅੱਗੇ ਵਧੀਏ ਕੁਐਸਚਨ ਹੈ ਹੁਣ ਲਾਸਟ ਰਸ ਦੀ ਇਹ ਪ੍ਰੋਬਲਮ ਟ੍ਰਾਇਲ ਬੈਲੈਂਸ ਆਫ ਅਨੰਤ ਰਾਮ ਡਿਡ ਨੋਟ ਐਗਰੀ ਇਟ ਸ਼ੋਅਡ ਐਨ ਐਕਸੈਸ ਕ੍ਰੈਡਿਟ ਟ੍ਰਾਇਲ ਬੈਲੈਂਸ ਬਣਾਇਆ ਐਕਸੈਸ ਕ੍ਰੈਡਿਟ ਦਿਖਾ ਰਹੀ ਸੀ ਤਾਂ ਬਿਜ਼ਨਸਮੈਨ ਨੇ ਕੀ ਕੀਤਾ ਹੋਣਾ ਇਹ ਪੁੱਟ ਦਾ ਡਿਫਰੈਂਸ ਟੂ ਸਸਪੈਂਸ ਅਕਾਊਂਟ ਜੋ ਡਿਫਰੈਂਸ ਆ ਰਿਹਾ ਸੀ ਉਹ ਸਸਪੈਂਸ ਅਕਾਊਂਟ ਦਾ ਮੰਨ ਲਓ ਟ੍ਰਾਇਲ ਬੈਲੈਂਸ ਬਣਾਇਆ ਕ੍ਰੈਡਿਟ ਸਾਈਡ ਦਾ 16000 ਜ਼ਿਆਦਾ ਆ ਰਿਹਾ ਸੀ ਉਹ 16000 ਡੈਬਿਟ ਸਾਈਡ ਤੇ ਲਿਖ ਦੇਗਾ ਇਹ ਡੈਬਿਟ ਹੋ ਗਿਆ ਬੈਲੈਂਸ ਯਾਦ ਰੱਖਿਓ ਸਸਪੈਂਸ ਅਕਾਊਂਟ ਦਾ ਕਿਉਂਕਿ ਡੈਬਿਟ ਸਾਈਡ ਤੇ ਘਟ ਸੀ ਤਾਂ ਹੀ ਟ੍ਰਾਇਲ ਬੈਲੈਂਸ ਮਿਲਦਾ ਉਹਨੇ ਉਸ ਤੋਂ ਬਾਅਦ ਹੀਟ ਲਿਖੀਆਂ ਗਲਤੀਆਂ ਮਿਲੀਆਂ ਨੇ ਆ ਉਹ ਗਲਤੀਆਂ ਦੇ ਬਾਰੇ ਆਪਾਂ ਇਕੱਲੀ-ਇਕੱਲੀ ਦੇ ਬਾਰੇ ਅੱਗੇ ਗੱਲ ਕਰਾਂਗੇ ਕੈਸ਼ ਰਸੀਡ ਫਰੋਮ ਮੋਹਿਤ ਰੁਪੀਸ 4000 ਵਾਸ ਪੋ ਕੈਸ਼ ਮੋਹਿਤ ਤੋਂ ਮਿਲਿਆ ਐਂਟਰੀ ਨਹੀਂ ਜਿੰਦੀ ਸੀ ਕੈਸ਼ ਅਕਾਊਂਟ ਡੈਬਿਟ ਟੂ ਮੋਹਿਤ ਐਂਟਰੀ ਬਾਰੇ ਸਾਇਲੈਂਟ ਹੈ ਕੀ ਕੀਤਾ ਗਿਆ ਮੋਹਿਤ ਦੇ ਅਕਾਊਂਟ ਨੂੰ ਪੋਸਟ ਕਰਨ ਦੀ ਥਾਂ ਤੇ ਮਹਿੰਦੇ ਦੇ ਅਕਾਊਂਟ ਨੂੰ ਪੋਸਟ ਕਰਤਾ ਕੈਸ਼ ਰਸੀਵ ਹੋਇਆ ਇਹਦਾ ਮਤਲਬ ਮਹਿੰਦੇ ਦਾ ਅਕਾਊਂਟ ਕ੍ਰੈਡਿਟ ਕਰਤਾ ਪਰ ਕੀਤਾ ਵੀ 1000 ਨਾਲ ਕੈਸ਼ ਰਸੀਵ ਹੋ ਰਿਹਾ ਹੈ ਨਾ ਮੋਹਿਤ ਤੋਂ ਪਰ ਮਹਿੰਦੇ ਦੇ ਅਕਾਊਂਟ ਜਦੋਂ ਪੋਸਟਿੰਗ ਕੀਤੀ ਹੈ ਮਹੇਸ਼ ਦਾ ਅਕਾਊਂਟ ਗਲਤੀ ਨਾਲ ਕ੍ਰੈਡਿਟ ਕੀਤਾ ਗਿਆ ਤਾਂ ਮਹੇਸ਼ ਦਾ ਅਕਾਊਂਟ ਅਸੀਂ ਡੈਬਿਟ ਕਰ ਦਾਂਗੇ 1000 ਦਾ ਮਹੇਸ਼ ਦਾ ਮੋਹਿਤੋਂ ਕੈਸ਼ ਰਸੀਵ ਹੋਇਆ ਤਾਂ ਮੋਹਿਦਾ ਅਕਾਊਂਟ ਕ੍ਰੈਡਿਟ ਹੋਣਾ ਚਾਹੀਦਾ ਸੀ 4000 ਨਾਲ ਉਹ ਅਸੀਂ ਕਰਤਾ ਪਰ ਡਬਲ ਐਂਟਰੀ ਦੇ ਸਿਸਟਮ ਕੀ ਕਹਿੰਦਾ ਕਿ ਜਿੰਨਾ ਡੈਬਿਟ ਉਹਨਾ ਕ੍ਰੈਡਿਟ ਡੈਬਿਟ ਸਿਰਫ 1000 ਐ ਕ੍ਰੈਡਿਟ 4000 ਐ ਡਿਫਰੈਂਸ ਕਿਨੂੰ ਚਲਾ ਜਾਏਗਾ ਸਸਪੈਂਸ ਅਕਾਊਂਟ ਨੂੰ ਸਸਪੈਂਸ ਅਕਾਊਂਟ ਡੈਬਿਟ ਜੇਕਰ ਡੈਬਿਟ ਜ਼ਿਆਦਾ ਹੁੰਦਾ ਫਿਰ ਕ੍ਰੈਡਿਟ ਸਾਈਡ ਤੇ ਅਸੀਂ ਸਸਪੈਂਸ ਅਕਾਊਂਟ ਦਿਖਾਉਂਦੇ ਮਹੇਸ਼ ਅਕਾਊਂਟ ਡੈਬਿਟ ਸਸਪੈਂਸ ਅਕਾਊਂਟ ਡੈਬਿਟ ਟੂ ਮੋਹਿਸ ਅਕਾਊਂਟ ਕਲੀਅਰ ਆਓ ਸੈਕਿੰਡ ਦੇਖੀਏ ਚੈੱਕ ਆਫ ਰੁਪੀ 5800 ਰਸੀਵਡ ਫ্রম ਅਰਨਵ ਇਨ ਫੁੱਲ ਸੈਟਲਮੈਂਟ ਆਫ ਹਿਸ ਅਕਾਊਂਟ ਆਫ ਰੁਪੀ 6000 ਵਾਸ ਡਿਸਆਨਰਡ ਨੋ ਐਂਟਰੀ ਵਾਸ ਪਾਸਡ ਇਨ ਦਾ ਬੁక్స్ ਓਨ ਡਿਸਆਨਰ ਆਫ ਚੈੱਕ ਸਟੂਡੈਂਟਸ ਇੱਕ ਟਿਪੀਕਲ ਟਾਈਪ ਐਂਟਰੀ ਇਹਨੂੰ ਸਮਝੋ ਚੈੱਕ ਸੀ ਰੁਪੀ 5800 ਦਾ ਅਰਨਵ ਤੋਂ ਰੀਸੀਵ ਹੋਇਆ ਇਨ ਫੁੱਲ ਸੈਟਲਮੈਂਟ ਆਫ ਹਿਸ ਅਕਾਊਂਟ 6000 ਉਸਦੇ ਅਕਾਊਂਟ ਦੀ ਫੁੱਲ ਸੈਟਲਮੈਂਟ ਦਾ ਤਾਂ ਹੁਣ ਸਾਲ ਵਿੱਚ ਐਂਟਰੀ ਕੀ ਹੋਈ ਹੋਣੀ ਬੁక్స్ ਦੇ ਵਿੱਚ ਸਮਝ ਲਓ ਬੈਂਕ ਅਕਾਊਂਟ ਡੈਬਿਟ ਡਿਸਕਾਊਂਟ ਅਲਾਊਡ ਅਕਾਊਂਟ ਡੈਬਿਟ ਟੂ ਅਰਨਵ ਬਟ ਡਿਸਓਨਰ ਹੋ ਗਿਆ ਵਾਸ ਡਿਸਓਨਰਡ ਉਹ ਚੈੱਕ ਡਿਸਓਨਰ ਹੋ ਗਿਆ ਭਾਵ ਚੈੱਕ ਦੀ ਪੇਮੈਂਟ ਨਹੀਂ ਮਿਲੀ ਜੇਕਰ ਡਿਸਓਨਰ ਹੋ ਜਾਂਦਾ ਜੋ ਚੈੱਕ ਰੀਸੀਵ ਹੋਣ ਤੇ ਐਂਟਰੀ ਸੀ ਸੇਮ ਐਂਟਰੀ ਰਿਵਰਸ ਹੋ ਜਾਂਦੀ ਹੈ ਅਰਨਵ ਅਸੀਂ ਕ੍ਰੈਡਿਟ ਕਰਨਾ ਕਰਦਾ ਸੀ ਜੇ ਪੈਸੇ ਮਿਲ ਜਾਂਦੇ ਪਰ ਡਿਸਆਨਰਬਲ ਚੈੱਕ ਦੀ ਪੇਮੈਂਟ ਨਹੀਂ ਮਿਲੀ ਤਾਂ ਅਰਨ ਨੂੰ ਡੈਬਿਟ ਕਰ ਦਾਂਗੇ ਦੁਬਾਰਾ ਬਿਜ਼ਨਸ ਦਾ ਡੈਟਰ ਬਣ ਗਿਆ ਬੈਂਕ ਜੋ ਡੈਬਿਟ ਕੀਤਾ ਸੀ ਉਹਨੂੰ ਵੀ ਕ੍ਰੈਡਿਟ ਕਰ ਦਾਂਗੇ ਡਿਸਕਾਊਂਟ ਅਲਾਊਡ ਜੋ ਡੈਬਿਟ ਕੀਤਾ ਸੀ ਕਿਉਂਕਿ ਲਾਸ ਸੀ ਉਹਨੂੰ ਵੀ ਕ੍ਰੈਡਿਟ ਕਰ ਦਾਂਗੇ ਇਹਦੇ ਨਾਲ ਅਸਰ ਠੀਕ ਹੋ ਜਾਏਗਾ ਐਂਟਰੀ ਕੀ ਬਣ ਗਈ ਅਰਨਸ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ ਟੂ ਡਿਸਕਾਊਂਟ ਅਲਾਊਡ ਅਕਾਊਂਟ ਕਿਉਂਕਿ ਐਂਟਰੀ ਪਾਸ ਤਾਂ ਅਸੀਂ ਡਿਸਹਾਨਰ ਦੀ ਐਂਟਰੀ ਪਾਤੀ ਬਸ ਬੁక్స్ ਦੇ ਵਿੱਚ ਅਰਨਾਵ ਅਕਾਊਂਟ ਡੈਬਿਟ ਟੂ ਬੈਂਕ ਡਿਸਕਾਊਂਟ ਅਲਾਊਡ ਅਕਾਊਂਟ 3rd ਰੁਪੀ 800 ਰਸੀਵਡ ਫਰਮ ਖੰਨਾ ਹੂਜ਼ ਅਕਾਊਂਟ ਹੈਡ ਪ੍ਰੀਵੀਅਸਲੀ ਬੀਨ ਰਿਟਨ ਆਫ ਐਜ਼ ਬੈਡ ਡੈਟਸ ਵਾਸ ਕ੍ਰੈਡਿਟਡ ਟੂ ਹਿਸ ਅਕਾਊਂਟ ਇਹਦਾ ਮਤਲਬ ਸਮਝੋ ਕੋਈ ਮਿਸਟਰ ਖੰਨਾ ਹੈ ਉਸ ਤੋਂ 800 ਰੁਪਏ ਪ੍ਰਾਪਤ ਹੋਏ ਜਿਸ ਨੂੰ ਅਸੀਂ ਪਹਿਲਾਂ ਬੈਡ ਡੈਟਸ ਡਿਕਲੇਅਰ ਕਰ ਚੁੱਕੇ ਸੀ ਵਾਸ ਕ੍ਰੈਡਿਟਡ ਟੂ ਹਿਸ ਅਕਾਊਂਟ ਜਦੋਂ ਮਿਲੇ ਤਾਂ ਅਸੀਂ ਦੁਬਾਰਾ ਫਿਰ ਉਹਦੇ ਅਕਾਊਂਟਸ ਪਾਤੇ ਜਦੋਂ ਕਿ ਜਿਸ ਵਿਅਕਤੀ ਨੂੰ ਅਸੀਂ ਬੈਡ ਡੈਟਸ ਕਰ ਚੁੱਕੇ ਹਾਂ ਕਿ ਉਹ ਬੁਰਾ ਡੈਟ ਰਹਾ ਹੈ ਜੇਕਰ ਉਸ ਤੋਂ ਪੈਸੇ ਮਿਲਦੇ ਨੇ ਕੈਸ਼ ਅਕਾਊਂਟ ਡੈਬਿਟ ਟੂ ਬੈਡ ਡੈਟਸ ਰਿਕਵਰਡ ਅਕਾਊਂਟ ਹੋਣਾ ਚਾਹੀਦਾ ਸੀ ਉਹਨੇ ਕੀ ਕਰਤਾ ਕੈਸ਼ ਅਕਾਊਂਟ ਡੈਬਿਟ ਟੂ ਖੰਨਾ ਅਕਾਊਂਟ ਖੰਨਾ ਅਕਾਊਂਟ ਗਲਤ ਕ੍ਰੈਡਿਟ ਕਰਤਾ ਤਾਂ ਰੈਕਟੀਫਿਕੇਸ਼ਨ ਕਿਵੇਂ ਹੋਏਗੀ ਖੰਨਾ ਅਕਾਊਂਟ ਡੈਬਿਟ ਕਰ ਦਾਂਗੇ ਤੇ ਬੈਡ ਡੈਟਸ ਰਿਕਵਰਡ ਅਕਾਊਂਟ ਕ੍ਰੈਡਿਟ ਹੋਣਾ ਚਾਹੀਦਾ ਸੀ ਉਹਨੂੰ ਕ੍ਰੈਡਿਟ ਕਰ ਦਾਂਗੇ ਕਲੀਅਰ ਹੋ ਗਿਆ ਖੰਨਾ ਅਕਾਊਂਟ ਡੈਬਿਟ ਟੂ ਬੈਡ ਡੈਟਸ ਰਿਕਵਰਡ ਅਕਾਊਂਟ ਨੈਕਸਟ ਵਨ ਕ੍ਰੈਡਿਟ ਸੇਲਸ ਟੂ ਮਾਨਵ ਰੁਪੀ 5000 ਵਾਸ ਰਿਕਾਰਡਡ ਥਰੂ ਦਾ ਪਰਚੇਸ ਬੁੱਕ ਐਸ ਰੁਪੀ 2000 ਇਹਦਾ ਮਤਲਬ ਸਮਝੋ ਪਹਿਲਾਂ ਐਂਟਰੀ ਦਾ ਇਸ ਐਂਟਰੀ ਦੇ ਅਕੋਰਡਿੰਗਲੀ ਸਮਝਣ ਦੀ ਕੋਸ਼ਿਸ਼ ਕਰੋ ਕ੍ਰੈਡਿਟ ਸੇਲ ਕੀਤੀ ਮਾਨਵ ਨੂੰ 5000 ਦੀ ਐਂਟਰੀ ਹੋਣੀ ਚਾਹੀਦੀ ਸੀ ਮਾਨਵ ਅਕਾਊਂਟ ਡੈਬਿਟ ਟੂ ਸੇਲਸ ਅਕਾਊਂਟ 5 5000 ਨਾਲ ਵਾਸ ਰਿਕਾਰਡਡ ਥਰੂ ਪਰਚੇਸ ਬੁੱਕ ਪਰਚੇਸ ਬੁੱਕ ਚ ਲਿਖਤੀ ਜਾ ਕੇ ਲੇਕਿਨ ਇਹ ਸੇਲ ਬੁੱਕ ਚ ਸੀ ਤੇ ਲਿਖੀ ਵੀ ਕਿੰਨੀ 2000 ਦੇ ਨਾਲ ਰਿਕਾਰਡ ਕੀਤੀ ਹੈ ਦੋ ਦੋ ਤਿੰਨ ਤਿੰਨ ਗਲਤੀਆਂ ਹੋਈਆਂ ਨੇ ਇੱਕ ਧਿਆਨ ਨਾਲ ਸੋਚੋ ਮਾਨਵ ਅਕਾਊਂਟ ਜੇ ਕ੍ਰੈਡਿਟ ਸੇਲ ਕਰ ਰਿਹਾ ਤਾਂ ਮਾਨਵ ਅਕਾਊਂਟ 5000 ਨਾਲ ਡੈਬਿਟ ਹੋਣਾ ਚਾਹੀਦਾ ਸੀ ਅਸੀਂ ਇੱਕ ਤਾਂ 5000 ਨਾਲ ਉਹਨੂੰ ਡੈਬਿਟ ਕਰਨਾ ਬੰਦ ਹੈ ਜੇ ਠੀਕ ਕਰਨਾ ਹੈ ਕਲੀਅਰ ਸੇਲ ਸੀ ਤਾਂ ਸੇਲ ਕ੍ਰੈਡਿਟ ਕਰਨੀ ਚਾਹੀਦੀ ਸੀ 5000 ਨਾਲ ਏ ਵਾਲੀ ਐਂਟਰੀ ਕੀ ਹੋਣੀ ਚਾਹੀਦੀ ਸੀ ਮਾਨਵ ਅਕਾਊਂਟ ਡੈਬਿਟ ਉਹ ਸੇਲਜ਼ ਅਕਾਊਂਟ 5000 5000 ਪਰ ਜਦੋਂ ਪਰਚੇਜ਼ ਬੁੱਕ ਚ ਗਲਤ ਕਰਤਾ ਥਿਸ ਮੀਨਸ ਜਦੋਂ ਉੱਥੋਂ ਪੋਸਟਿੰਗ ਹੋਈ ਤਾਂ ਮਾਨਵ ਦਾ ਅਕਾਊਂਟ 2000 ਦੇ ਨਾਲ ਕ੍ਰੈਡਿਟ ਕਰਤਾ ਸਮਝੋ ਧਿਆਨ ਨਾਲ ਪਰਚੇਜ਼ ਬੁੱਕ ਦੇ ਵਿੱਚ ਲਿਖਣ ਦਾ ਮਤਲਬ ਕੀ ਹੋ ਗਿਆ ਪਰਚੇਜ਼ ਅਕਾਊਂਟ ਡੈਬਿਟ ਕਰਤਾ ਮਾਨਵ ਦਾ ਅਕਾਊਂਟ ਕ੍ਰੈਡਿਟ ਇੱਕ ਤਾਂ ਮਾਨਵ ਦਾ ਅਕਾਊਂਟ ਅਸੀਂ 2000 ਨਾਲ ਡੈਬਿਟ ਕਰਾਂਗੇ ਜੇ ਪਰਚੇਸ ਬੁੱਕ ਦਾ ਇਫੈਕਟ ਠੀਕ ਕਰਨਾ ਹੈ ਤੇ ਇੱਕ ਮਨੁੱਖ ਦਾ ਅਕਾਊਂਟ 5000 ਨਾਲ ਡੈਬਿਟ ਹੋਣਾ ਚਾਹੀਦਾ ਸੀ ਜੇਕਰ ਅਸੀਂ ਜਿਹੜਾ ट्रांजैक्शन ਦੇ ਅਕੋਰਡਿੰਗਲੀ ਦੇਖੀਏ ਤਾਂ ਮਨੁੱਖ ਦਾ ਅਕਾਊਂਟ 7000 ਨਾਲ ਡੈਬਿਟ ਪਰਚੇਸ ਅਕਾਊਂਟ ਪਰਚੇਸ ਬੁੱਕ ਦਾ ਮਤਲਬ ਪਰਚੇਸ ਅਕਾਊਂਟ 'ਚ ਵੀ ਪੋਸਟਿੰਗ ਹੋਣੀ ਹੈ ਮਨੁੱਖ ਦੇ ਨਾਲ ਨਾਲ ਪਰਚੇਸ ਅਕਾਊਂਟ ਡੈਬਿਟ ਕੀਤਾ ਤਾਂ ਉਹਦਾ ਇਫੈਕਟ ਕਿਵੇਂ ਹੋ ਸਕਦਾ ਪਰਚੇਸ ਅਕਾਊਂਟ 2000 ਨਾਲ ਕ੍ਰੈਡਿਟ ਕਰ ਦਿਓ ਕਿਉਂਕਿ 2000 ਦੀ ਟ੍ਰਾਂਜੈਕਸ਼ਨ ਕੀਤੀ ਸੀ सेल अकाउंट क्रेडिट ਹੋਣਾ ਚਾਹੀਦਾ ਸੀ 5000 ਨਾਲ ਉਹ ਵੀ ਕ੍ਰੈਡਿਟ ਕਰ ਦੋ ਤਾਂ ਐਂਟਰੀ ਕੀ ਬਣਗੀ ਮਨੂਫਸ ਅਕਾਊਂਟ ਡੈਬਿਟ ਟੂ ਪਰਚੇਸਿਸ ਅਕਾਊਂਟ ਟੂ ਸੇਲਸ ਅਕਾਊਂਟ ਨੈਕਸਟ ਵਨ ਪਰਚੇਸ ਬੁੱਕ ਵਾਸ ਅੰਡਰ ਕਾਸਟ ਬਾਇ ਰੁਪੀ 1000 ਪਰਚੇਸ ਬੁੱਕ 1000 ਨਾਲ ਘੱਟ ਦਿਖਾਈ ਹੈ ਤਾਂ ਜ਼ਿਆਦਾ ਦਿਖਾ ਦੋ ਪਰਚੇਸਿਸ ਅਕਾਊਂਟ ਡੈਬਿਟ ਜ਼ਿਆਦਾ ਕਰਤੀ ਪਰ ਦੂਸਰਾ ਇਫੈਕਟ ਕਿਸ ਤੇ ਸ਼ੋ ਕਰਾਂਗੇ ਸਸਪੈਂਸ ਅਕਾਊਂਟ ਦੇ ਟੂ ਸਸਪੈਂਸ ਅਕਾਊਂਟ ਕਲੀਅਰ ਨੈਕਸਟ ਵਨ रिपेयर ऑन मशीनरी ₹1600 वर रॉन्गली डेबिटेड टू मशीनरी अकाउंट एज ₹1000 <repeer> पहले ਤਾਂ ਮਸ਼ੀਨਰੀ ਅਕਾਊਂਟ ਨੂੰ ਗਲਤ ਡੈਬਿਟ ਕਰਤਾ 1000 ਨਾਲ ਮਸ਼ੀਨਰੀ ਅਕਾਊਂਟ ਨੂੰ ਕ੍ਰੈਡਿਟ ਕਰ ਦੋ 1000 ਨਾਲ ਰਿਪੇਅਰ ਹੈ ਤਾਂ ਰਿਪੇਅਰ ਅਕਾਊਂਟ ਡੈਬਿਟ ਹੋਣਾ ਚਾਹੀਦਾ ਸੀ 1600 ਨਾਲ ਰਿਪੇਅਰ ਅਕਾਊਂਟ ਡੈਬਿਟ ਕਰ ਦੋ 1600 ਨਾਲ ਡੈਬਿਟ 1600 ਨਾਲ ਹੋ ਰਿਹਾ ਹੈ ਕ੍ਰੈਡਿਟ 1000 ਨਾਲ ਹੋ ਰਿਹਾ ਹੈ ਤਾਂ 600 ਕਿਨੂੰ ਜਾਣਗੇ ਸਸਪੈਂਸ ਨੂੰ ਕਿਉਂਕਿ ਦੋਨੋਂ ਸਾਈਡ ਤੇ ਸੇਮ ਇੰਪੈਕਟ ਰਹਿਣਾ ਚਾਹੀਦਾ ਟੂ ਸਸਪੈਂਸ ਅਕਾਊਂਟ ਕਲੀਅਰ ਨੈਕਸਟ goods returned by nathu rupees 3000 were taken into stock no entry recorded in the books nathu ne sanu 3000 diyan goods wapas kartiyan entry honi chindi si sales return account debit to nathu asi entry nahi kiti ta ki, ki hoyega entry kar do its very easy sales return account debit to nathu's account 3000 3000 students dhyan naal dekho jehdiyan main entries kitiyan ne hun ode ch teen hi entries ne jinna ch suspense aaya si ਸਸਪੈਂਸ ਇਸ ਵੀ ਹੈ ਸਸਪੈਂਸ ਪੰਜਵੀਂ ਐਂਟਰੀ ਚ ਵੀ ਹੈ ਸਸਪੈਂਸ ਛੇਵੀਂ ਐਂਟਰੀ ਚ ਵੀ ਆਇਆ ਸੀ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ ਦੁਬਾਰਾ ਵੀਡੀਓ ਦੇ ਉਸ ਹਿੱਸੇ 'ਚ ਅਸੀਂ ਹੁਣ ਸਸਪੈਂਸ ਅਕਾਊਂਟ ਬਣਾਵਾਂਗੇ ਸਾਡੇ ਕੋਲ ਸਟਾਰਟਿੰਗ ਦੇ ਵਿੱਚ ਸਸਪੈਂਸ ਅਕਾਊਂਟ ਦਾ ਡਿਫਰੈਂਸ ਦਿੱਤਾ ਗਿਆ ਸੀ ਕਿਉਂਕਿ ਐਕਸੈਸ ਕ੍ਰੈਡਿਟ ਸੀ ਤਾਂ ਡੈਬਿਟ ਸਾਈਡ ਤੇ 16000 ਸੀ ਇਹਦਾ ਮਤਲਬ ਸਸਪੈਂਸ ਅਕਾਊਂਟ ਦਾ ਡੈਬਿਟ ਬੈਲੈਂਸ ਹੈ ਟੂ ਡਿਫਰੈਂਸ ਐਸ ਪਰ ਟ੍ਰਾਇਲ ਬੈਲੈਂਸ 16000 ਡੈਬਿਟ ਸਾਈਡ ਕਿਉਂਕਿ ਐਕਸੈਸ ਕ੍ਰੈਡਿਟ ਲਿਖਿਆ ਹੋਇਆ ਸੀ ਫਿਰ ਇਸ ਤੋਂ ਬਾਅਦ ਮ ਸਸਪੈਂਸ ਅਕਾਊਂਟ ਡੈਬਿਟ ਟੂ ਮੋਹਿਤ ਸਸਪੈਂਸ ਅਕਾਊਂਟ ਨੂੰ ਡੈਬਿਟ ਕੀਤਾ ਤਾਂ ਡੈਬਿਟ ਸਾਈਡ ਤੇ ਟੂ ਮੋਹਿਤ ਆ ਗਿਆ ਤੇ ਅਮਾਉਂਟ ਸਸਪੈਂਸ ਅਕਾਊਂਟ ਵਾਲਾ ਆਏਗਾ 3000 ਇਹ ਨਾ ਹੋਵੇ 4000 ਲਿਖ ਦੋ ਮੋਹਿਤ ਦੇ ਉੱਤੇ ਸਸਪੈਂਸ ਦਾ ਇਫੈਕਟ ਸਿਰਫ 3000 ਹੈ ਫਿਫਥ ਐਂਟਰੀ ਦੇਖੋ ਪਰਚੇਸ ਟੂ ਸਸਪੈਂਸ ਸਸਪੈਂਸ ਕ੍ਰੈਡਿਟ ਕੀਤਾ ਗਿਆ ਤਾਂ ਕ੍ਰੈਡਿਟ ਸਾਈਡ ਤੇ ਬਾਏ ਪਰਚੇਸ 1000 ਉਸ ਤੋਂ ਬਾਅਦ ਸਿਕਸ ਐਂਟਰੀ ਹੈ ਰਿਪੇਅਰ ਅਕਾਊਂਟ ਡੈਬਿਟ ਟੂ ਮਸ਼ੀਨਰੀ ਟੂ ਸਸਪੈਂਸ ਸਸਪੈਂਸ ਨੂੰ ਕ੍ਰੈਡਿਟ ਕੀਤਾ ਤਾਂ ਸਸਪੈਂਸ ਤੇ ਇਫੈਕਟ ਕੀਦਾ ਰਿਪੇਅਰ ਦਾ ਬਾਇ ਰਿਪੇਅਰ ਕਿਉਂਕਿ ਡੈਬਿਟ ਰਿਪੇਅਰ ਹੈ ਸਸਪੈਂਸ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਬਾਇ ਰਿਪੇਅਰ ਪਰ ਰਿਪੇਅਰਸ ਦਾ 1600 ਹੈ ਇਹ ਧਿਆਨ ਰੱਖਿਓ ਅਸੀਂ 1600 ਨਹੀਂ ਲਿਖਣਾ ਸੀ ਇਹ ਦੇਖਣਾ ਕਿ ਸਸਪੈਂਸ ਦਾ ਰਿਪੇਅਰ ਨਾਲ ਰਿਲੇਸ਼ਨ ਸੀ 600 ਦਾ 600 ਦਾ ਇੰਪੈਕਟ ਹੈ ਰਿਪੇਅਰ ਦਾ ਸਸਪੈਂਸ ਨਾਲ ਉਸ 600 ਦਿਖਾਤਾ ਤੇ ਬਾਅਦ ਚ ਉਹਦਾ ਬੈਲੈਂਸ ਕੱਢਦਾ ਬਾਇ ਬੈਲੈਂਸ ਕੈਰੀ ਡਾਊਨ 17400 ਇਹਦਾ ਮਤਲਬ ਸਮਝੋ ਇਹਦਾ ਮਤਲਬ ਸਾਫ਼ ਹੈ ਕਿ ਹਜੇ ਵੀ ਕੁਝ ਗਲਤੀਆਂ ਬਾਕੀ ਨੇ ਟ੍ਰਾਇਲ ਬੈਲ ਸਸਪੈਂਸ ਅਕਾਊਂਟ ਬਣ ਵੀ ਗਿਆ ਜੇ ਸਾਰੀਆਂ ਗਲਤੀਆਂ ਦੂਰ ਹੋ ਜਿੰਦੀਆਂ ਇਹਦਾ ਬੈਲੈਂਸ ਜ਼ੀਰੋ ਹੁੰਦਾ ਕਿਵੇਂ ਹੁੰਦਾ ਉਹ ਅੱਗੇ ਵਧੀਏ ਮੰਨ ਲਓ ਬਾਅਦ ਦੇ ਵਿੱਚ ਇੱਕ ਹੋਰ ਗਲਤੀ ਮਿਲ ਗਈ ਸੇਲ ਬੁੱਕ ਵਾਜ਼ ਓਵਰ ਕਾਸਟ ਵਾਈ 7000 17400 ਸੇਲ ਬੁੱਕ ਦਾ ਜਿਹੜੀ ਓਵਰ ਕਾਸਟਿੰਗ ਕਰਦੀ ਜ਼ਿਆਦਾ ਦਿਖਾਦੀ ਤਾਂ ਕੱਟ ਕਰ ਦੋ ਸੇਲ ਕ੍ਰੈਡਿਟ ਹੁੰਦੀ ਹੈ ਜੇ ਘਟ ਕਰਨੀਆਂ ਦਾ ਡੈਬਿਟ ਕਰਨੀ ਪੈਗੀ ਸੇਲਜ਼ ਅਕਾਊਂਟ ਡੈਬਿਟ ਟੂ ਸਸਪੈਂਸ ਅਕਾਊਂਟ 17400 ਜੇ ਇਸ ਐਂਟਰੀ ਨੂੰ ਵੀ ਅਸੀਂ ਪੋਸਟ ਕਰ ਦਈਏ ਸਸਪੈਂਸ ਦੇ ਵਿੱਚ ਐਂਟਰੀ ਕੀ ਸੀ ਸੇਲਜ਼ ਅਕਾਊਂਟ ਡੈਬਿਟ ਟੂ ਸਸਪੈਂਸ ਅਸੀਂ ਬਾਇ ਬੈਲੈਂਸ ਦਿਖਾਇਆ ਸੀ 17400 ਇਹਦੀ ਥਾਂ ਤੇ ਅਸੀਂ ਇਸ ਐਂਟਰੀ ਦੀ ਜਦੋਂ ਪੋਸਟਿੰਗ ਕਰਾਂਗੇ ਸੇਲਜ਼ ਅਕਾਊਂਟ ਡੈਬਿਟ ਟੂ ਸਸਪੈਂਸ ਸਸਪੈਂਸ ਕ੍ਰੈਡਿਟ ਹੈ ਤਾਂ ਕ੍ਰੈਡਿਟ ਸਾਈਡ ਤੇ ਬਾਇ ਸੇਲਜ਼ ਅਕਾਊਂਟ ਆ ਜਾਏਗਾ 17400 ਕਿਸ ਤਰ੍ਹਾਂ ਇਹ ਤੰਨੇ 911740 ਹੁਣ ਦੇਖੋ ਸਸਪੈਂਸ ਅਕਾਊਂਟ ਦਾ ਦੋਨੋਂ ਸਾਈਡ ਦਾ ਟੋਟਲ ਜਿਹੜਾ 19000 19000 ਆ ਗਿਆ ਬੈਲੈਂਸ ਮਿਲ ਗਿਆ ਥੈਟ ਇਜ਼ ਕੰਪਲੀਟ ਸਸਪੈਂਸ ਅਕਾਊਂਟ ਕਲੀਅਰ ਆਈ ਥਿੰਕ ਦਾ ਹੋਲ ਕਨਸੈਪਟ ਇਜ਼ ਕਵਾਇਟ ਕਲੀਅਰ ਡਿਫਰੈਂਟ ਟਾਈਪ ਦੇ ਕੁਐਸਚਨ ਨੇ ਬਟ ਬੇਸਿਕਲੀ ਬ੍ਰਾਈਟੀ ਇਹੀ ਹੁੰਦੀ ਹੈ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ बार-बार ਵੀਡੀਓ ਦੇ ਅਲੱਗ-ਅਲੱਗ ਹਿੱਸਿਆਂ ਜਾ ਕੇ ਡਿਫਰੈਂਟ ਟਾਈਪ ਦੇ ਨੰਮਰਿਕਲ ਕੁਐਸਚਨਸ ਨੂੰ ਦੇ ਤੁਹਾਨੂੰ ਸਾਰੇ ਕਨਸੈਪਟ ਦੇ ਬਾਰੇ ਸਾਰਾ ਕੁਝ ਕਲੀਅਰ ਹੋ ਚੁੱਕਿਆ ਹੋਵੇਗਾ ਇਹ ਮੰਨਦੇ ਹੋਏ ਇਸ ਚੈਨਲ ਦੇ ਉੱਤੇ ਹੋਰ ਬਹੁਤ ਸਾਰੀਆਂ ਵੀਡੀਓਜ਼ ਨੇ ਉਹਨਾਂ ਨੂੰ ਵੀ ਦੇਖੋ ਆਉਣ ਵਾਲੀਆਂ ਵੀਡੀਓਜ਼ ਦਾ ਇੰਤਜ਼ਾਰ ਕਰੋ ਤੇ ਇਸ ਤੋਂ ਬਾਅਦ ਤੁਹਾਡੇ ਨਾਲ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਹੈ ਕਿ ਇਸ ਚੈਨਲ ਤੇ ਕਾਮਰਸ ਮੋਟੀਵੇਸ਼ਨਲ ਵੀਡੀਓਜ਼ ਸਪੈਸੀਫਿਕਲੀ ਅਕਾਊਂਟੈਂਸੀ ਤੇ ਇਕਨੋਮਿਕਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਉਹਨਾਂ ਨੂੰ ਦੇਖੋ ਪ੍ਰੋਜੈਕਟ ਵਰਕ ਨਾਲ ਰਿਲੇਟਡ ਵੀਡੀਓਜ਼ ਵੀ ਨੇ ਉਹਨਾਂ ਨੂੰ ਵੀ ਦੇਖੋ ਤੇ ਆਉਣ ਵਾਲੀਆਂ ਵੀਡੀਓਜ਼ ਦਾ ਇੰਤਜ਼ਾਰ ਕਰੋ ਟਿਲ ਦੈਨ ਥੈਂਕ ਯੂ ਵੈਰੀ ਮੱਚ